ਸਤਿ ਸ਼੍ਰੀ ਅਕਾਲ ਲੋਕਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਪੰਥਕ ਸਿਆਸਤ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਥਕ ਸ਼ਖਸੀਅਤ ਉਹੋ ਜੋ ਲਗਾਤਾਰ ਇਹਨਾਂ ਸਫਾਂ ਦੇ ਵਿੱਚ ਵਿਚਰੇ ਨੇ ਤੇ ਉਸ ਸਮੇਂ ਦੀ ਅਕਾਲੀ ਸਿਆਸਤ ਨੂੰ ਬੜੇ ਨੇੜੇ ਤੋਂ ਦੇਖਿਆ, ਬੜੇ ਉਹ ਸਿਆਸਤਦਾਨ ਜਿਨ੍ਹਾਂ ਦੇ ਨੇੜੇ ਰਹਿ ਕੇ ਸਿੱਖ ਸਿਆਸਤ ਨੂੰ ਸਮਝਣ ਦਾ ਯਤਨ ਕੀਤਾ। ਪ੍ਰੋਫੈਸਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਪ੍ਰੋਫੈਸਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਹੈ, ਖਾਸ ਕਰਕੇ ਬਾਦਲ ਪਰਿਵਾਰ ਦੇ ਜਿਹੜੇ ਬੱਦਲ ਨੇ ਉਹ ਹੁਣ ਫਟੇ ਹੋਏ ਨੇ। ਬੀਬੀ ਜਗੀਰ ਕੌਰ, ਬੀਬੀ ਜਗੀਰ ਕੌਰ ਦੀ ਜਿਹੜੀ ਬਗਾਵਤ ਹੈ, ਇੱਕ ਬਗਾਵਤੀ ਸੁਰ ਅਪਣਾਇਆ ਜਾਂਦਾ। ਸ਼੍ਰੋਮਣੀ ਕਮੇਟੀ ਦੇ 9 ਨਵੰਬਰ ਨੂੰ ਜਿਹੜੀ ਚੋਣ ਹੋਣੀ ਹੈ, ਹਾਲਾਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਆ ਕੇ ਹਰਜਿੰਦਰ ਸਿੰਘ ਧਾਮੀ ਦੇ ਨਾਂ ਉੱਤੇ ਮੁੜ ਕੇ ਮੋਹਰ ਲੱਗ ਸਕਦੀ। ਬੀਬੀ ਜਗੀਰ ਕੌਰ ਕਹਿੰਦੇ ਕਿ ਲਿਫਾਫਾ ਕਲਚਰ ਬੰਦ ਹੋਣਾ ਚਾਹੀਦਾ, ਜੇਕਰ ਨਹੀਂ ਬੰਦ ਹੁੰਦਾ ਤਾਂ ਮੈਂ ਤਾਂ ਮੈਦਾਨ 'ਚ ਨਿਕਲੂੰਗੀ, ਮੈਂ ਤਾਂ ਚੋਣ ਲੜੂੰਗੀ ਭਾਵੇਂ ਸਾਹਮਣੇ ਮੇਰੇ ਕੋਈ ਵੀ ਹੋਵੇ। ਕਹਿੰਦੇ ਕਿ ਧਾਮੀ ਸਾਹਿਬ ਨਾਲ ਸਾਡੀ ਕੋਈ ਆਈਡੀਆਲੋਜੀ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈਗਾ। ਸਸਪੈਂਡ ਫਿਰ ਕਰਤੇ ਗਏ ਉਹ ਅਕਾਲੀ ਦਲ ਵੱਲੋਂ ਬੀਤੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਉਹਦੇ 'ਚ ਬੀਬੀ ਜਗੀਰ ਕੌਰ ਸਸਪੈਂਡ ਕਰਤੇ ਗਏ। ਜਿਹੜੀ ਬੀਬੀ ਜਗੀਰ ਕੌਰ ਦੀ ਬਗਾਵਤ ਹੈ, ਇਹ ਤੁਹਾਡੇ ਕੀ ਵਿਚਾਰ ਨੇ ਇਸ ਬਗਾਵਤ ਦੇ, ਕਿਉਂਕਿ ਤੁਸੀਂ ਤਾਂ ਸਿੱਖ ਸਿਆਸਤ ਦੀ ਸਫਾਂ ਦੇ ਵਿੱਚ ਬੜੇ ਜੜ੍ਹਾਂ ਤੱਕ ਸਭ ਕੁਝ ਜਾਣਦੇ ਹੋ। ਠੀਕ ਹੈ ਪੰਗੂ ਸਾਹਿਬ, ਸਾਰਿਆਂ ਨੂੰ ਜਾਣਦੇ ਨੇ ਪੰਜਾਬ ਕਿੱਡਾ ਕੁ ਅੰਬਾਲੇ ਤੱਕ ਤਾਂ ਹੈਗਾ। ਮੈਂ ਇਹ ਸਮਝਦਾ ਕਿ ਜਿਹੜੀ ਤੁਸੀਂ ਲਫ਼ਜ਼ ਬਗਾਵਤ ਵਰਤਦੇ ਹੋ ਨਾ, ਉਹ ਨਹੀਂ ਵਰਤਿਆ ਜਾ ਸਕਦਾ ਇੱਥੇ ਅਜੇ। ਬਗਾਵਤ ਜਾ ਤਾਂ ਸੀ ਜੇ ਉਹ ਪ੍ਰਧਾਨਗੀ ਨੂੰ ਕੋਈ ਚੈਲੰਜ ਕਰਦਾ, ਉਹਨੂੰ ਬਗਾਵਤ ਕਹਿਣਾ ਸੀ। ਪਹਿਲੀ ਗੱਲ ਤਾਂ ਅੰਡਰਸਟੈਂਡ ਕਰੋ ਕਿ SCPC ਦਾ ਅਕਾਲੀ ਦਲ ਨਾਲ ਕੋਈ ਤਲਕ ਨਹੀਂ। SCPC ਹੈ, ਅਕਾਲੀ ਦਲ ਹੈ। ਬਾਦਲ ਪਰਿਵਾਰ ਨੇ ਪਹਿਲੀ ਵਾਰ SCPC 'ਤੇ ਕਬਜ਼ਾ ਕਰ ਲਿਆ। ਅਕਾਲੀ ਦਲ ਦੇ SCPC ਇਕੱਠੇ ਸੀ, ਫਤਿਹ ਮਾਸਟਰ ਤਾਰਾ ਸਿੰਘ ਵੜੀ ਵੀ ਇਕੱਠੇ ਸੀ, ਸੰਤ ਫਤਿਹ ਸਿੰਘ ਵੜੀ ਵੀ ਇਕੱਠੇ ਸੀ। ਉਹ ਇਕੱਠੇ ਹੋ ਕੇ ਕਦੇ ਇਹ ਨਹੀਂ ਸੀ ਹੋਇਆ ਕਿ SCPC ਜਿਹੜੀ ਹੈ ਉਹਨੂੰ ਆਪਣੀ ਰਿਆਸਤ ਸਮਝਦੇ ਹੋਣ, ਜਿਹਦੇ 'ਤੇ ਉਹਨਾਂ ਨੇ ਰਾਜ ਕਰਨਾ ਹੈ। ਅਤੇ ਤੁਸੀਂ ਠੀਕ ਕਿਹਾ, ਫਿਰ ਬੀਬੀ ਜਗੀਰ ਕੌਰ ਨੇ ਕੀ ਕਿਹਾ ਕਿ ਮੈਂ ਲਿਫਾਫਾ ਕਲਚਰ ਜਿਹੜਾ ਹੈ ਉਹਦੇ ਹੱਕ 'ਚ ਨਹੀਂ ਹੈ, ਇਸ ਕਰਕੇ ਕਿ ਇਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੁੰਦਾ ਹੈ। ਜਦੋਂ ਤੁਹਾਡੇ ਹੀ ਮੈਂਬਰ ਨੇ ਪ੍ਰਧਾਨ ਬਣਨਾ, ਮੈਜੋਰਿਟੀ ਤੁਹਾਡੇ ਕੋਲ ਹੈ, 160 ਬੰਦੇ ਨੇ ਉਹਨਾਂ ਕੋਲ, ਅਤੇ ਫਿਰ ਉੱਥੇ ਝਗੜਾ ਕੀ ਹੈ? ਤੁਸੀਂ ਉਹ ਫਿਰ ਲਿਫਾਫੇ ਚੋਂ ਕੱਢਦੇ ਹੋ ਉਹਨੂੰ, ਫਿਰ ਉਸ ਦਿਨ 1 ਵਜੇ ਪਤਾ ਕਿਉਂ ਲੱਗੇ? ਤੁਸੀਂ ਪਹਿਲਾਂ ਦੱਸ ਦਿਓ, ਆਪਣਾ ਕੈਂਡੀਡੇਟ ਅਨਾਊਂਸ ਕਰ ਦਿਓ ਵੀ ਆਹ ਸਾਡਾ ਕੈਂਡੀਡੇਟ ਹੈ, ਕਿਉਂਕਿ ਤੁਸੀਂ ਕੈਂਡੀਡੇਟ ਦੀ ਅਨਾਊਂਸ ਨਹੀਂ ਕੀਤਾ। ਅਤੇ ਉਹਨੇ ਜਾ ਕੇ ਬਾਦਲ ਵੱਡੇ ਨੂੰ ਅਪਰੋਚ ਕੀਤਾ, ਉਹਨੂੰ ਅਪਰੋਚ ਕੀਤਾ ਕਿ ਮੈਂ ਇਲੈਕਸ਼ਨ ਲੜਨਾ ਚਾਹੁੰਦੀ ਹਾਂ। ਉਹਨਾਂ ਨੇ ਇਹ ਹੁਣ ਜਿਹੜਾ ਉਹਨਾਂ ਨੇ ਉਹ ਅਜੇ ਚੱਲ ਰਹੀ ਸੀ ਗੱਲ ਵੀ ਇਲੈਕਸ਼ਨ ਲੜਨੀ ਕਿ ਨਹੀਂ, ਪਰਸੂਏਟ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਉਹ ਨਹੀਂ ਮੰਨੀ ਇਸ ਗੱਲ 'ਤੇ। ਉਹ ਇੱਕੋ ਹੀ ਲਾਈਨ ਲੈ ਕੇ ਬਹਿ ਗਈ, ਔਰ ਮਤਲਬ ਉਹਦਾ ਆਪਣਾ ਇੱਕ ਪ੍ਰਸੰਗ ਹੈ ਵੀ ਉਹਨੇ ਲਾਈਨ ਕਿਉਂ ਲਈ, ਉਹ ਅਲੱਗ ਬਾਤ ਹੈ। ਪਰ ਇਸ ਵੇਲੇ ਇਹਨਾਂ ਨੇ ਇਹ ਕੀਤਾ ਕਿ ਉਹ ਕਹਿੰਦੀ ਹੈ ਲਿਫਾਫਾ, ਇਹ ਵੀ ਕਹਿੰਦੇ ਨਹੀਂ ਲਿਫਾਫਾ ਕਰਦੇ ਤਾਂ ਕੋਈ ਨਹੀਂ ਨਿਕਲਦਾ, ਅਸੀਂ ਤਾਂ ਡੈਮੋਕਰੈਟਿਕ ਢੰਗ ਨਾਲ ਕਰਦੇ ਹਾਂ। ਜਗੀਰ ਕੌਰ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਲਿਫਾਫੇ ਤਾਂ ਮੈਂ ਆਪਣੇ ਹੱਥਾਂ ਦੇ ਨਾਲ ਖੋਲਦੀ ਰਹੀ ਹਾਂ। ਉਹੀ ਆ, ਆਪਣੇ ਹੱਥਾਂ ਨਾਲ ਉਹਨੇ ਵੀ ਖੋਲਿਆ। ਮੈਂ ਪਿਛਲੀ ਵਾਰ ਵੀ ਤੁਹਾਨੂੰ ਕਿਹਾ ਸੀ ਵੀ ਚੀਮਾ ਉੱਥੇ ਬੈਠਾ ਸੀ ਲਿਫਾਫਾ ਖੋਲਣ ਵਾਸਤੇ, ਚੀਮਾ ਤਾਂ ਮੈਂਬਰ ਨਹੀਂ ਹੈ, ਉਹ ਕਿਉਂ ਬੈਠਾ ਸੀ? ਇਹ ਹੁੰਦਾ। ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਹਾਂ ਇਹ ਹੈ ਕਿ ਅਕਾਲੀ ਦਲ ਨੇ ਇੰਨੀ ਵੱਡੀ ਗਲਤੀ ਕੀਤੀ ਕਿ ਇੱਕ ਪਾਸੇ ਕਹੀ ਜਾਂਦੇ ਨੇ ਵੀ ਅਸੀਂ ਤਾਂ ਲਿਫਾਫਾ ਕਲਚਰ ਹੈ ਹੀ ਨਹੀਂ, ਦੂਜੇ ਪਾਸੇ ਕਹਿੰਦੇ ਨੇ ਵੀ ਤੁਸੀਂ ਤੂੰ ਲੜ ਰਹੀ ਹਾਂ ਲਿਫਾਫਾ ਕਲਚਰ ਦੇ ਖਿਲਾਫ, ਇਸ ਕਰਕੇ ਤੈਨੂੰ ਸਸਪੈਂਡ ਕਰਦੇ ਹਾਂ। ਉੱਥੇ ਗੱਲ ਸਾਬਤ ਹੋ ਗਈ। ਹੁਣ ਇਸ ਹਾਲਤ ਵਿੱਚ ਇਹ ਹੋਇਆ ਕਿ ਅਕਾਲੀ ਦਲ ਜਿਹੜਾ ਹੈ ਉਹਨੇ ਆਪਣਾ ਇਹ ਕਹਿ ਦਿੱਤਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਅਕਾਲੀ ਦਲ ਦੀ ਜ਼ਗੀਰ ਹੈ, ਉਹਦੇ 'ਚ ਅਕਾਲੀ ਦਲ ਦੇ ਖਿਲਾਫ ਬੋਲਣ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹੀ ਤਾਂ ਉਹਨਾਂ ਦਾ ਐਲੀਗੇਸ਼ਨ ਹੈ, ਇਹੀ ਕੋਰਟ 'ਚ ਕੇਸ ਹੈ 2 ਵਿਧਾਨਾਂ ਵਾਲਾ। ਇਹੋ ਹੀ, ਇਹਦੇ ਕਰਕੇ ਹੀ ਬਾਦਲ ਪਰਿਵਾਰ ਮਰਿਆ ਹੈ, ਇਹਦੇ ਕਰਕੇ ਹੀ ਉਹ ਰਾਜ ਕਰਦੇ ਕਰਦੇ 2-3 ਬੰਦਿਆਂ 'ਤੇ ਆ ਗਏ ਨੇ। ਅਤੇ ਉਹ ਕਿੰਨੇ ਕੁ ਸਿਆਣੇ ਪਏ ਉਹਨਾਂ ਦੀ ਵੀ ਉਹ ਵਾਰ ਵਾਰ ਫਿਰ ਇਹ ਕਹੀ ਜਾਂਦੇ ਨੇ ਵੀ ਅਸੀਂ ਤੈਨੂੰ ਇਸ ਕਰਕੇ ਸਸਪੈਂਡ ਕੀਤਾ ਹੈ ਕਿ ਤੂੰ ਮਤਲਬ ਇਲੈਕਸ਼ਨ ਲੜ ਰਹੀ ਆ। ਇਲੈਕਸ਼ਨ ਲੜਨ ਤਾਂ ਉਹਦਾ ਰਾਈਟ ਹੈ। ਦੇਖੋ ਹੁਣ ਤਾਂ ਸਾਰੇ ਜਿਹੜੀਆਂ ਅਖਬਾਰਾਂ 'ਚ ਵੀ ਆ ਗਿਆ, ਸਭ ਨੂੰ ਪਤਾ ਲੱਗ ਗਿਆ ਕਿ ਜੇ ਉਹਨਾਂ ਨੇ ਕੈਂਡੀਡੇਟ ਧਾਮੀ ਨੂੰ ਅਨਾਊਂਸ ਕੀਤਾ ਹੁੰਦਾ ਤਾਂ ਫਿਰ ਉਹਨਾਂ ਦੇ ਕੈਂਡੀਡੇਟ ਖਿਲਾਫ਼ ਉਹ ਖੜੀ ਹੋ ਜਾਂਦੀ, ਫਿਰ ਤਾਂ ਉਹ ਸਮਝਦੇ ਵੀ ਇਹਨੂੰ ਕੱਢਣਾ ਚਾਹੀਦਾ, ਰੋਕਣਾ ਚਾਹੀਦਾ। ਉਹਨਾਂ ਦਾ ਕੈਂਡੀਡੇਟ ਅਨਾਊਂਸ ਹੀ ਨਹੀਂ ਕੀਤਾ।
ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵਾਸਤੇ ਲਾਉਣ ਵਾਲੀ ਵਾਸਤੇ ਪਹਿਲਾ ਕੈਂਡੀਡੇਟ ਜਿਹੜਾ ਅਨਾਊਂਸਮੈਂਟ 'ਚ ਆਇਆ ਬਾਹਰ ਉਹ ਜਗੀਰ ਕੌਰ ਹੈ। ਜਗੀਰ ਕੌਰ ਉਹਨਾਂ ਦੀ ਹੈ, ਉਹਨਾਂ ਦੀ ਮਤਲਬ ਤਿੰਨ ਵਾਰ ਪ੍ਰਧਾਨ ਰਹੀ ਆ, ਇਸਤਰੀ ਅਕਾਲੀ ਦਲ ਦੀ ਅਜੇ ਤੱਕ ਪ੍ਰਧਾਨ ਹੈ ਉਹ ਪੰਜਾਬ ਦੀ, ਅਤੇ ਉਹਨੂੰ ਉਹਨਾਂ ਨੇ ਮਤਲਬ ਕਹਿਤਾ ਕੱਢਤਾ। ਇਸ ਕਰਕੇ ਮੈਂ ਸਮਝ ਆਏ ਹਾਂ ਵੀ ਸੁਖਬੀਰ ਸਿੰਘ ਬਾਦਲ ਹੋਣੀ ਆਪਣੀ ਹੰਕਾਰ ਵਿੱਚ ਇੰਨੇ ਗਲਤ ਫੈਸਲੇ ਲੈ ਰਹੇ ਨੇ ਕਿ ਇਹ ਗੱਲ ਜਿਹੜੀ ਹੈ ਇਹਦੀ ਉਹਨਾਂ ਨੂੰ ਬੜੀ ਭਾਰੀ ਕੀਮਤ ਦੇਣੀ ਪੈ। ਜੇਕਰ ਆਹ ਗੱਲ ਲੱਗੀ ਕੋਈ ਕੈਂਡੀਡੇਟ ਅਨਾਊਂਸ ਨਹੀਂ ਸੀ ਕੀਤਾ ਹਰਿੰਦਰ ਸਿੰਘ ਧਾਮੀ ਉੱਤੇ, ਮੋਹਰ ਨਹੀਂ ਸੀ ਲੱਗੀ ਉਸ ਗਰੁੱਪ ਵੱਲੋਂ, ਸਿੱਖ ਗਰੁੱਪ ਵੱਲੋਂ, ਤਾਂ ਫਿਰ ਬੀਬੀ ਜਗੀਰ ਕੌਰ ਦੀ ਮਤਲਬ ਜੋ ਤੁਸੀਂ ਕਿਹਾ ਕਿ ਬਗਾਵਤ ਸ਼ਬਦ ਨਾ ਵਰਤੋ, ਚਲੋ ਬਗਾਵਤ ਨਹੀਂ, ਜੋ ਬੀਬੀ ਜਗੀਰ ਕੌਰ ਦੀ ਫਿਰ ਆਹ ਸਟ੍ਰੈਟਜੀ ਹੈਗੀ ਹੈ, ਤਾਂ ਫਿਰ ਇਹ ਕਿਉਂ ਜੇਕਰ ਕੋਈ ਕੈਂਡੀਡੇਟ ਅਨਾਊਂਸ ਨਹੀਂ ਸੀ ਕਿ ਫਿਰ ਬੀਬੀ ਜਗੀਰ ਕੌਰ ਵੀ ਕੁਛ ਨਹੀਂ? ਬੀਬੀ ਜਗੀਰ ਕੌਰ ਇਹਨਾਂ ਦੇਖੋ ਪਾਰਟੀ ਦੇ ਅੰਦਰ ਉਹਨੇ ਇਕੱਲੀ ਨੇ ਥੋੜ੍ਹਾ ਫੈਸਲਾ ਕੀਤਾ ਹੈ, ਆਖਿਰਕਾਰ ਉਹਨੇ ਲੋਕਾਂ ਨਾਲ ਫੈਸਲਾ ਕੀਤਾ, ਤੁਹਾਨੂੰ ਕਿਹਾ ਮੈਂ ਆਪਣੇ ਬੰਦਿਆਂ ਦੇ ਨਾਲ ਰਲ ਕੇ ਕੀਤਾ ਨਾ। ਪਾਰਟੀ ਵਿੱਚੋਂ ਕੁਝ ਲੋਕਾਂ ਨੇ ਸੋਚਿਆ ਵੀ ਲਿਫਾਫਾ ਕਲਚਰ ਬੰਦ ਹੋਣਾ ਚਾਹੀਦਾ ਕਿਉਂਕਿ ਉਹਦੀ ਬਦਨਾਮੀ ਬਹੁਤ ਹੋ ਰਹੀ ਹੈ, ਸੁਖਬੀਰ ਨੂੰ ਤਾਂ ਨਹੀਂ ਪਤਾ ਲੱਗਣਾ ਨਾ, ਸੁਖਬੀਰ ਨੂੰ ਕਿਤੇ ਜਾਣਾ ਨਹੀਂ। ਜਿਹੜਾ ਪਬਲਿਕ ਮੈਨ ਹੈ ਲੋਕਾਂ 'ਚ ਵਿਚਰਦਾ ਹੈ ਉਹਨੂੰ ਤਾਂ ਰੋਜ਼ ਗਾਲਾਂ ਸੁਣਨੀਆਂ ਪੈਂਦੀਆਂ ਨੇ। ਇਹ ਗੱਲ ਜਿਹੜੀ ਹੈ ਭੂੰਦੜ ਨੂੰ ਪੁੱਛੋ ਨਾ, ਜਿਹੜਾ ਲੋਕਾਂ 'ਚ ਜਾਂਦਾ ਉਹ ਕਹਿ ਰਿਹਾ ਉਹਨਾਂ ਨੂੰ ਵੀ ਨਾ ਪੰਗਾ ਲਾਓ ਮਹਿੰਗਾ ਪਏਗਾ। ਹੁਣ ਉਹ ਜਿਹੜੀ ਕੋਟਰੀ ਉਹਦੇ ਚਾਰਜ ਫਿਰੇ ਬੈਠੀ ਆ, ਜਿਹਨੇ ਮਤਲਬ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕੋਈ ਕਹੂਗਾ ਮੇਰੇ ਕਰਕੇ ਨਾਂ ਲੈਣ, ਜਿਹੜੇ ਵੀ ਉਹਦੇ ਚਾਰਜ ਫਿਰੇ ਬੈਠੇ ਨੇ ਉਹ ਉਹਨੂੰ ਸੱਚ ਨਹੀਂ ਦੱਸਣਾ ਚਾਹੁੰਦੇ, ਉਹਦੇ ਸਿਰ 'ਤੇ ਆਪ ਲੀਡਰ ਰਹਿਣਾ ਚਾਹੁੰਦੇ ਨੇ। ਸੁਖਬੀਰ ਨੂੰ ਹਨੇਰੇ 'ਚ ਰੱਖਿਆ ਜਾ ਰਿਹਾ? ਹਾਂ ਹਨੇਰੇ 'ਚ ਰੱਖਿਆ ਜਾ ਰਿਹਾ, ਅਤੇ ਜਾਂ ਉਹ ਹਨੇਰੇ 'ਚ ਰਹਿਣਾ ਚਾਹੁੰਦਾ। ਸੁਖਬੀਰ ਬੇਸਿਕਲੀ ਪੋਲੀਟੀਸ਼ੀਅਨ ਨਹੀਂ ਹੈ, ਉਹ ਤਾਂ ਵਪਾਰੀ ਆਦਮੀ ਆ, ਉਹ ਵਪਾਰੀ ਆਦਮੀ ਵਾਂਗੂ ਇੱਕ ਵਪਾਰ ਦਾ ਹੀ ਹਿੱਸਾ ਸਮਝਦਾ ਇਹਨੂੰ ਵੀ ਪੈਸੇ ਇਨਵੈਸਟ ਕਰੋ, ਕਾਰਪੋਰੇਟ ਚਲਾ ਲਓ, ਉਹਦਾ ਫਾਰਮੂਲਾ ਕੀ ਹੈ, ਪੈਸੇ ਇਨਵੈਸਟ ਕਰੋ ਅਤੇ ਉਹਦਾ ਫਿਰ ਡਿਵੀਡੈਂਡ ਜਿਹੜਾ ਰੀਪ ਕਰੋ ਅਤੇ ਉਹਦਾ ਫਾਇਦਾ ਲਓ। ਬੀਬੀ ਕੁਛ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਬੀਬੀ ਜਗੀਰ ਕੌਰ ਖੁਦ ਇਹ ਗੱਲ ਮੰਨਦੇ ਨੇ ਕਿ ਉਹ ਵੀ ਪ੍ਰਧਾਨ ਰਹੇ ਨੇ ਅਤੇ ਲਿਫਾਫੇ ਕਹਿੰਦੇ ਵੀ ਆਪਣੇ ਹੱਥਾਂ ਦੇ ਨਾਲ ਖੋਲਦੇ ਰਹੀਆਂ ਜਿਹੜੇ, ਬਿਲਕੁਲ ਠੀਕ ਹੈ। ਉਹ ਕਹਿੰਦੇ ਫਿਰ ਹੁਣੇ ਕਿਉਂ ਯਾਦ ਆਇਆ ਲਿਫਾਫਾ ਕਲਚਰ, ਉਹਨਾਂ ਨੂੰ ਹੁਣੇ ਕਿਉਂ ਯਾਦ ਆਇਆ ਲਿਫਾਫਾ ਕਲਚਰ? ਕਿਤੇ ਐਂ ਤਾਂ ਨਹੀਂ ਕਿ ਬਾਦਲ ਪਰਿਵਾਰ ਪਹਿਲਾਂ ਹੀ ਕਮਜ਼ੋਰ ਹੈ, ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਕਮਜ਼ੋਰ ਹੈ, ਉਹਨਾਂ ਨੂੰ ਬਗਾਵਤੀ ਅੱਖਾਂ ਦਿਖਾ ਕੇ ਆਪ ਪ੍ਰਧਾਨ ਬਣ ਜਾਓ? ਇਹ ਨਹੀਂ ਗੱਲ ਹੁੰਦੀ, ਹੁੰਦਾ ਇਹ ਹੈ ਕਿ ਇੱਕ ਰੂਟੀਨ 'ਚ ਜਦੋਂ ਪਾਵਰ ਵਿੱਚ ਸੀ ਅਕਾਲੀ ਅਤੇ ਉਦੋਂ ਉਹ ਆਪਣੀ ਤਾਕਤ ਦੇ ਨਾਲ ਚੱਲਦੇ ਰਹੇ, ਜਾਂ ਵੱਡਾ ਬਾਦਲ ਜਿਹੜਾ ਉਹਦਾ ਇੱਕ ਸਕੀਮਿੰਗ ਸੀ ਉਹਨੇ ਟੌੜੇ ਵਰਗਾ ਬੰਦਾ ਬਾਹਰ ਕੱਢਤਾ ਸੀ, ਇਹ ਹੁਣ ਟੌੜੇ ਵਾਂਗ ਇਹਨੂੰ ਬਾਹਰ ਕੱਢਿਆ ਇਹਨਾਂ ਨੇ, ਪਰ ਟੌੜੇ ਵਾਂਗ ਉਹਨੂੰ ਬਾਹਰ ਕੱਢ ਕੇ ਰੱਖ ਸਕਦੇ ਨੇ ਕਿ ਰੱਖ ਸਕਦੇ, ਇਹ ਜੇ ਦੇਖਿਆ ਜਾਣਾ ਹੈ। ਉਹ ਹੁਣ ਉਹਨਾਂ ਨੂੰ ਇੱਕ ਲੱਗਦਾ ਇਹ ਹੈ ਕਿ ਅਸੀਂ ਜੇ ਇਹਨੂੰ ਨਾ ਦਵਾਇਆ ਤਾਂ ਫਿਰ ਹਰੇਕ ਹੀ ਉੱਠ ਖੜੂਗਾ, ਹਰੇਕ ਹੀ ਮਤਲਬ ਬਗਾਵਤ ਕਰ ਦੂਗਾ, ਜਿਵੇਂ ਤੁਸੀਂ ਕਹਿੰਦੇ ਹੋ। ਇਹ ਬਗਾਵਤ ਨਹੀਂ ਹੈ ਕਿਉਂਕਿ ਉਹ ਤਾਂ ਲਗਾਤਾਰ ਉਹਨਾਂ ਨੂੰ ਕਹਿ ਰਹੀ ਹੈ ਵੀ ਮੈਂ ਇਲੈਕਸ਼ਨ ਲੜਨਾ ਚਾਹੁੰਦੀ, ਮੇਰੀ ਮਦਦ ਕਰੋ, ਮੈਨੂੰ ਆਪਣਾ ਕੈਂਡੀਡੇਟ ਬਣਾ ਲਓ। ਉਹ ਕੈਂਡੀਡੇਟ ਨਹੀਂ ਬਣਾਉਣਾ ਚਾਹੁੰਦੇ, ਉਹਨੇ ਮੈਂਬਰਾਂ ਨੂੰ ਜਾ ਕੇ ਅਪਰੋਚ ਕੀਤਾ ਵੀ ਮੈਨੂੰ ਕੈਂਡੀਡੇਟ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਮੈਂ ਇਹਨਾਂ ਦੇ ਲਿਫਾਫੇ ਕਲਚਰ 'ਚ ਨਹੀਂ ਨੂੰ ਮੰਨਦੀ ਨਹੀਂ, ਜੇ ਲਿਫਾਫਾ ਕਲਚਰ ਚੱਲਣਾ ਮੈਂ ਨਹੀਂ ਬਣਨਾ। ਇਹਦੇ 'ਚ ਡਾਕਟਰ ਸਾਹਿਬ ਐਵੇਂ ਹੋ ਸਕਦਾ ਸੀ ਕਿ ਜੇਕਰ ਬੀਬੀ ਜਗੀਰ ਕੌਰ ਨੂੰ ਐਜ਼ ਏ ਕੈਂਡੀਡੇਟ ਜਾਂ ਐਜ਼ ਏ ਪ੍ਰੈਜ਼ੀਡੈਂਟ ਐਕਸੈਪਟ ਕਰ ਲੈਂਦਾ ਸੁਖਬੀਰ, ਫਿਰ ਬੀਬੀ ਜਗੀਰ ਕੌਰ ਸ਼ਾਇਦ ਲਿਫਾਫਾ ਕਲਚਰ ਬਾਰੇ ਨਾ ਬੋਲਦੀ? ਨਹੀਂ, ਇਹ ਦੇਖੋ ਅਕਸੈਪਟ ਕਰ ਲੈਂਦਾ ਜਿੱਦਣ ਉਹਨੇ ਸ਼ੁਰੂ ਕੀਤੀ ਆਪਣੀ ਮੁਹਿੰਮ ਜੀ, ਉਹਨੇ ਸ਼ੁਰੂ ਕੀਤੀ ਇਹ ਵੀ ਲਿਫਾਫਾ ਕਲਚਰ ਜਿਹੜਾ ਹੈ ਉਹ ਸਾਨੂੰ ਬਹੁਤ ਬਦਨਾਮ ਕਰ ਰਿਹਾ, ਅਕਾਲੀ ਦਲ ਮੇਰੇ ਮੁਤਾਬਕ ਤਾਂ ਹੈ ਅਤੇ ਉਹ ਤਾਂ ਅਕਾਲੀ ਦਲ ਨੂੰ ਬਚਾਉਣ ਵਾਸਤੇ ਕਰ ਰਹੀ ਹੈ, ਅਕਾਲੀ ਦਲ ਪਬਲਿਕ ਰਹਿਤ ਦਾ ਹਿੱਸਾ ਬਣ ਗਿਆ ਹੈ, ਪਬਲਿਕ ਦਾ ਗੁੱਸਾ ਜਿਹੜਾ ਹੈ ਉਹ ਤਾਂ ਉਹ ਤਾਂ ਵਿਧਾਨ ਸਭਾ ਦਾ ਆਊਟ ਕਰਤਾ ਉਹਨਾਂ ਨੇ। ਇਹ ਵੀ ਹੋ ਸਕਦਾ ਸੀ ਕਿ ਬੀਬੀ ਜਗੀਰ ਕੌਰ ਹੋਰਾਂ ਦੀ ਜਿਵੇਂ ਸਟੇਟਮੈਂਟ ਹੈ ਕਿ ਮੈਂ ਅਕਾਲੀ ਦਲ ਨੂੰ ਬਚਾਉਣ ਦੇ ਲਈ ਸਭ ਕੁਛ ਕਰ ਰਹੀ ਹਾਂ, ਅਤੇ ਫਿਰ ਜੇਕਰ ਅਕਾਲੀ ਦਲ ਦੀ ਇੰਨੀ ਹੀ ਫਿਕਰ ਹੈ ਬੀਬੀ ਜਗੀਰ ਕੌਰ ਨੂੰ, ਫਿਰ ਇਹ ਗੱਲ ਉਹ ਕਿਉਂ ਨਹੀਂ ਰੱਖਦੇ ਹੈਗੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਅਸੀਂ ਪਾਰਟੀਸਪੇਟ ਨਹੀਂ ਕਰਾਂਗੇ? ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਅਲੱਗ ਸੰਸਥਾ ਹੈਗੀ ਹੈ, ਅਕਾਲੀ ਦਲ ਅਲੱਗ ਤੌਰ 'ਤੇ ਚੱਲੂਗਾ, SGPC ਅਲੱਗ ਤੌਰ 'ਤੇ ਚੱਲੂਗੀ, ਇਹ ਤਾਂ ਇੱਕ ਉਪਰਾਲਾ ਹੋ ਸਕਦਾ ਸੀ। ਮੈਨੂੰ ਪ੍ਰਧਾਨ ਬਣਾਓ, ਜੇਕਰ ਮੈਨੂੰ ਪ੍ਰਧਾਨ ਨਹੀਂ ਬਣਾਓਗੇ ਤੁਹਾਡਾ ਲਿਫਾਫਾ ਕਲਚਰ ਹੈ। ਠੀਕ, ਤੁਹਾਡਾ ਸਵਾਲ ਜਿਹੜਾ ਹੈ ਨਾ ਉਹ ਵਜਾ ਹੋ ਸਕਦਾ ਹੈ, ਪਰ ਉਹ ਅੰਦਰ ਰਹਿ ਕੇ ਕੀ ਕਿਵੇਂ ਲੜਦੀ? ਅੰਦਰ ਰਹਿ ਕੇ ਲੜਦਾ ਹੁੰਦਾ ਤਾਂ ਉਹ ਰਾਹ ਲੱਭ ਰਹੀ ਸੀ, ਜਦੋਂ ਉਹਨਾਂ ਨੂੰ ਕਹਿ ਰਹੀ ਹੈ ਨਾ ਜਿਹੜੀ ਗੱਲ ਤੁਹਾਨੂੰ ਲੱਗ ਰਹੀ ਹੈ, ਅਤੇ ਫਿਰ ਉਹ ਜੇ ਉਹਨਾਂ ਦੇ ਖਿਲਾਫ ਹੀ ਲੜਦਾ ਤਾਂ ਉਹਨਾਂ ਕੋਲ ਜਾ ਕੇ ਕਿਉਂ ਮੰਗਦੀ ਪ੍ਰਧਾਨਗੀ? ਇਹਦਾ ਮਤਲਬ ਪ੍ਰਧਾਨਗੀ ਮੁੱਖ ਹੈ, ਪ੍ਰਧਾਨਗੀ ਮੁੱਖ ਹੈ ਕਿਉਂਕਿ ਸਿਆਸਤ ਵਿੱਚ ਇਹੋ ਜਿਹੀ ਗੱਲਾਂ ਚੱਲਦੀਆਂ, ਪ੍ਰਧਾਨੀ ਮੁੱਖ ਹੈ, ਪਰ ਉਹ ਪ੍ਰਧਾਨਗੀ ਜਿਹੜੀ ਹੈ ਉਹ ਅੰਦਰੋਂ ਜਾ ਕੇ ਲੜਨ ਵਾਸਤੇ ਮੰਗ ਰਹੀ ਸੀ, ਕਿਉਂਕਿ ਉਹਨੂੰ ਇਹ ਪਤਾ ਹੈ ਕਿ ਜਿਹੜੇ SGPC ਦੇ ਮੈਂਬਰ ਨੇ ਉਹਨਾਂ ਵਿੱਚ ਰਿਜੈਂਟਮੈਂਟ ਹੈਗੀ ਹੈ, ਵੀ ਸਾਨੂੰ ਪੁੱਛ ਲੈਂਦੇ ਨੇ ਪਰ ਸਾਡੇ ਦੇ ਇਲੈਕਸ਼ਨ ਜਿਹੜਾ ਮਰਜ਼ੀ ਕਰਦੇ ਨੇ। ਹੁਣ ਤੁਸੀਂ ਦੇਖੋ ਕਾਂਗਰਸ ਦੀ ਹੋਈ ਪ੍ਰਧਾਨ ਦੀ ਚੋਣ,
ਸਾਰਿਆਂ ਨੂੰ ਪਤਾ ਸੀ ਵੀ ਗਾਂਧੀ ਪਰਿਵਾਰ ਦਾ ਬੰਦਾ ਜਿੱਤੇਗਾ, ਪਰ ਉਹਨਾਂ ਨੇ ਓਪਨ ਚੋਣ ਕਰਾਤੀ ਵੀ ਤੁਸੀਂ ਆਪਣੀ ਚੋਣ ਕਰ ਲਓ। ਗਾਂਧੀ ਪਰਿਵਾਰ ਨੇ ਕਿਹਾ ਵੀ ਅਸੀਂ ਪਾਰਟੀਸਪੇਟ ਨਹੀਂ ਕਰਾਂਗੇ, ਕੀਤਾ ਵੀ ਨਹੀਂ। ਹੁਣ ਇਹ ਕਹਿੰਦੇ ਵੀ ਇਹ ਕਰ ਸਕਦੇ ਸੀ ਵੀ ਭਾਈ ਤੂੰ ਖੜ ਗਈ ਤੇਰੇ ਵੱਲੋਂ, ਤੂੰ ਆਪਣਾ ਖੜ ਜਾ, ਸਾਡੀ ਪਾਰਟੀ ਵੱਲੋਂ ਖੜ ਜਾ, ਪਿੱਛੇ ਲੈ ਲੈ ਜਿਹੜੇ ਵੋਟ ਮਿਲਦੇ ਨੇ ਅਤੇ ਅਸੀਂ ਪਰ ਇਸ ਧਾਮੀ ਸਾਹਿਬ ਦੀ ਮਦਦ ਕਰਾਂਗੇ। ਇਹ ਕਰ ਸਕਦੇ ਨਾ, ਇਸ ਨਾਲ ਜਗੀਰ ਕੌਰ ਹਾਰ ਜਾਂਦੀ। ਜਗੀਰ ਕੌਰ ਉਸੇ ਤਰੀਕੇ ਨਾਲ ਹਾਰ ਜਾਏਗੀ, ਪਰ ਜਿਹੜਾ ਤਰੀਕਾ ਅਡੋਪਟ ਕਰਕੇ ਉਹਨੂੰ ਕੱਢ ਕੇ ਕਰ ਲਿਆ, ਉਹਦੇ 'ਤੇ ਕਈ ਚੀਜ਼ਾਂ ਓਪਨ ਹੋ ਗਈਆਂ ਨੇ। ਨੰਬਰ ਇੱਕ 'ਤੇ ਇਹ ਹੋ ਗਿਆ ਵੀ ਅੰਦਰ ਜਿਹੜੀ ਸਿਮਰਿੰਗ ਹੋ ਰਹੀ ਹੈ, ਮੇਰੇ ਕੋਲ ਆਪਣੇ ਕੋਲ ਇਨਫੋਰਮੇਸ਼ਨ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਵੀ ਜਿਹੜੇ ਬੰਦੇ ਇਸ ਵੇਲੇ ਉਹਦੇ ਨਾਲ ਖੜ੍ਹੇ ਨੇ, ਮਤਲਬ ਅਕਾਲੀ ਦਲ ਵਿੱਚ, ਉਹ ਵੀ ਬਦਲੇ ਜਗੀਰ ਕੌਰ ਦੀ ਮੁਖਾਲਫਤ ਨਹੀਂ ਕਰ ਰਹੇ। ਆਖਿਰਕਾਰ ਜਗੀਰ ਕੌਰ ਜੇ ਕਹਿੰਦੀ ਮੈਂ ਲੜੂੰਗੀ ਅਤੇ ਨਹੀਂ ਕੌਨਫੀਡੈਂਟ ਹੈ ਤਾਂ ਕਾਹਦੇ ਸਿਰ 'ਤੇ ਹੈ? ਹਾਂ, ਬੰਦੇ ਹੋਣਗੇ, ਬੰਦੇ ਨਾਲ ਹੋਣਗੇ ਤਾਂ ਹੈ ਨਾ। ਹੁਣ ਇਹ ਹੈ ਕਿ ਇਸ ਵੇਲੇ ਮਤਲਬ ਇੱਕ ਬੰਦਾ ਇਹ ਕਹਿ ਰਿਹਾ ਸੀ, ਮੈਂ ਕਿਸੇ ਹੋਰ ਚੈਨਲ 'ਤੇ ਮੇਰੇ ਨਾਲ ਹੀ ਬੈਠਾ ਸੀ, ਉਹ ਕਹਿੰਦਾ ਜੇ ਉਹ 40 ਸੀਟਾਂ ਲੈ ਗਈ, 40 ਬੰਦੇ ਉਹਦੇ ਨਾਲ ਚਲੇ ਗਏ, ਅਤੇ ਇਹਨਾਂ ਦੇ ਬੱਲੇ ਕੀ ਰਹਿ ਗਿਆ? ਮਤਲਬ ਇਹਨਾਂ ਦੇ ਉਹ ਤਾਂ ਬਹੁਤ ਸਖ਼ਤ ਲਵਿੰਗ ਵਰਤ ਰਿਹਾ ਸੀ, ਠੀਕ ਹੈ ਨਾ। ਇਹਦਾ ਮਤਲਬ ਇਹ ਹੈ ਕਿ ਇੱਕ ਸਪੇਸ ਸਿੱਖੀ ਵਿੱਚ ਡੈਮੋਕ੍ਰੇਸੀ ਵਾਸਤੇ ਚਾਹੀਦੀ ਹੈ। ਸਿੱਖੀ ਵਿੱਚ ਸਪੇਸ ਇਹ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਹਾਂ, ਕਿਸੇ ਦੀ ਤੰਗੇੜ ਨਹੀਂ ਚੱਲਦੇ। ਕਿਉਂ ਨਵੇਂ ਪਾਤਸ਼ਾਹ ਸੂਰ ਦਾ ਵਾਕ ਵੀ ਹੈ, ਪੈ ਕਾਹੂੰ ਕੇ ਦੇਤ ਰਹਿੰਦਾ ਪੈ ਮਨ ਤਾਂ ਆਨ, ਇਹ ਠੀਕ ਹੈ। ਇਹ ਇੱਕ ਇਹ ਖਿੱਤਾ ਉਹ ਹੈ ਜਿਹੜਾ ਨਾਬਰੀ ਦਾ ਖਿੱਤਾ ਹੈ, ਇਹ ਵਿਉਂ ਨਹੀਂ ਮੰਨਦਾ ਕਿਸੇ ਦੀ। ਪੂਰਨ ਸਿੰਘ ਕਹਿੰਦਾ ਨਾ ਵੀ ਵਿਉਂ ਨਾ ਮੰਨਣ ਕਿਸੇ ਦੀ। ਇਹ ਜਿਹੜੀ ਹੈ ਇਹ ਹੁਣ ਮਤਲਬ ਜਗੀਰ ਕੌਰ ਨੇ ਪਹਿਲੀ ਵਾਰ ਵੂਮਨ ਹੋਣ ਦੇ ਬਾਵਜੂਦ ਬੰਦਿਆਂ ਨਾਲ ਵੱਡੀ ਦਲੇਰੀ ਖਾਤੀ, ਮਤਲਬ ਖੜ ਗਈ ਉਹ ਜੀ, ਖੜ ਗਈ। ਅਤੇ ਉਹਦੇ ਨਾਲ ਇਹ ਹੈ ਵੀ ਅਕਾਲੀ ਦਲ ਵਾਸਤੇ ਉਹਨੇ ਸੰਕਟ ਖੜਾ ਕਰਤਾ ਇਹ ਕਿ ਜਿਹੜੀ ਉਹਨਾਂ ਦੇ ਸੀ ਨਾ ਵੀ ਆਹ ਇੱਥੇ ਸਾਨੂੰ ਕੋਈ ਟੋਕਦਾ ਹੀ ਨਹੀਂ। ਹਾਲਾਂਕਿ ਇਹ ਲਾਸਟ ਇਲੈਕਸ਼ਨ ਹੈ, ਇਹ ਕੋਈ ਅੱਗੇ ਇਲੈਕਸ਼ਨ ਨਹੀਂ ਹੋਣੀ, ਅੱਗੇ ਤਾਂ ਐਸਜੀਪੀਸੀ ਦੀ ਇਲੈਕਸ਼ਨ ਆ ਜਾਣੀ, ਇਲੈਕਸ਼ਨ ਆ ਜਾਣੀ ਅੱਗੇ ਤਾਂ। ਹੁਣ ਉਸ ਲਾਸਟ ਇਲੈਕਸ਼ਨ ਵਿੱਚ ਸਾਰੇ ਮੈਂਬਰਾਂ ਨੂੰ ਪਤਾ ਹੈ ਕਿ ਜਿਹੜਾ ਇਸ ਵੇਲੇ ਸੁਖਬੀਰ ਬਾਦਲ ਨਾਲ ਖੜਾ ਰਹਿ ਗਿਆ ਉਹਨੇ ਕੋਈ ਇਲੈਕਸ਼ਨ ਨਹੀਂ ਜਿੱਤਣੀ। ਵਿਧਾਨ ਸਭਾ ਇਹ ਸਾਬਤ ਹੋ ਗਿਆ ਨਾ, ਯਾਨੀ ਮਤਲਬ ਉਹ ਸਰਦਾਰ ਰਿਵਾਈਵ ਕਰ ਜੀਏ। ਹਾਂ, ਅਤੇ ਹੁਣ ਜਿਹੜਾ ਸ਼੍ਰੋਮਣੀ ਜਿਹੜਾ ਮੈਂਬਰ ਉਹ ਵੀ ਦੇਖਣਗੇ ਵੀ ਸੁਖਬੀਰ ਨਾਲ ਲਾ ਕੇ ਵੋਟ ਮਿਲਦੀ ਆ। ਅੱਗੇ ਹੁੰਦਾ ਸੀ ਕਿ ਪਿੰਡਾਂ ਵਿੱਚ ਸਿਰਫ ਅਕਾਲੀ ਦਲ ਦੇ ਵਰਕਰ ਹੁੰਦੇ ਸਨ, ਅਕਾਲੀ ਦਲ ਦੇ ਵੋਟਰ ਹੁੰਦੇ ਸਨ, ਅਕਾਲੀ ਦਲ ਹੀ ਵੋਟਾਂ ਬਣਾਉਂਦਾ ਸੀ, ਹੋਰ ਕੋਈ ਹੁੰਦਾ ਹੀ ਨਹੀਂ ਸੀ। ਪਰ ਹੁਣ ਜਗੀਰ ਕੌਰ ਦੇ ਮਤਲਬ ਇਸ ਵੇਲੇ ਜਿਹੜੀ ਹੋਈ ਹੈ ਇਹਦੇ ਨਾਲ ਇਹ ਹੋ ਜਾਏਗਾ ਵੀ ਆਪ ਦੇ ਪੈਟਰਨ 'ਤੇ ਆਮ ਸਿੱਖ ਜਿਹੜਾ ਉਹ ਇਲੈਕਸ਼ਨ ਲੜੇਗਾ ਅਗਲੀ ਵਾਰ ਨੂੰ, ਉਹ ਅਕਾਲੀ ਦਲ ਦੀਆਂ ਵੋਟਾਂ ਨੂੰ ਇਹਨਾਂ ਦੀ ਕੈਂਡੀਡੇਟ ਨਹੀਂ ਉਡੀਕਣਗੇ, ਇਹ ਜਿਹੜੀ ਗੱਲ ਹੈ ਨਾ। ਜਿਵੇਂ ਫਿਰ ਬੀਬੀ ਜਗੀਰ ਕੌਰ ਦਾ ਜਿਸ ਤਰ੍ਹਾਂ ਦਾ ਸਖ਼ਤ ਰਵੱਈਆ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਪਹਿਲਾਂ ਹੀ ਥੱਲੇ ਆ, ਬਗਾਵਤਾਂ ਪਹਿਲਾਂ ਹੁੰਦੀਆਂ ਰਹੀਆਂ ਨੇ। ਇੱਥੋਂ ਤੱਕ ਗੱਲ ਆ ਗਈ ਸੀ ਕੁਛ ਮਹੀਨੇ ਪਹਿਲਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਗੱਦੀ ਤੋਂ ਪਾਸੇ ਕੀਤਾ ਜਾਂਦਾ, ਵਿਕਰਮ ਮਜੀਠੀਆ ਦੀ ਮੌਕੇ 'ਤੇ ਜਮਾਨਤ ਹੁੰਦੀ ਆ, ਸੁਖਬੀਰ ਧੜਾ ਮਜ਼ਬੂਤ ਹੁੰਦਾ, ਦੂਜਾ ਧੜਾ ਪਿੱਛੇ ਹਟ ਜਾਂਦਾ, ਜਿਹਦੇ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਜਾਂ ਹੋਰ ਨਾ ਤਮਾਮ ਵੱਡੇ ਨਾਮ ਹੈਗੇ ਸੀ। ਤਾਂ ਹੁਣ ਬੀਬੀ ਜਗੀਰ ਕੌਰ ਦਾ ਇੱਕ ਟਰਨਿੰਗ ਪੁਆਇੰਟ ਹੈ ਜਿਹੜਾ ਇਹ ਉਹ ਜਿਹੜਾ ਡਿੱਗਦਾ ਗ੍ਰਾਫ ਹੈ ਸੁਖਬੀਰ ਦਾ ਸ਼੍ਰੋਮਣੀ ਅਕਾਲੀ ਦਲ ਦਾ, ਉਹਦੇ 'ਚ ਕੋਈ ਕਿਲ ਦਾ ਕੰਮ ਕਰੂਗਾ? ਦੇਖੋ, ਜੋ ਗ੍ਰਾਫ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਫੈਸਲਾ ਕਰਦੇ ਰਹੇ ਹਾਂ ਵੀ ਉਹਦਾ ਪਾਸਟ ਕੀ ਹੈ ਜਾਂ ਉਹਦਾ ਕਰੈਕਟਰ ਕੀ ਹੈ ਅਕਾਲੀ ਦਲ ਦਾ ਨਾ, ਜਗੀਰ ਕੌਰ ਦਾ। ਮੈਂ ਇਹ ਨਹੀਂ ਮੰਨਦਾ, ਮੈਂ ਕਹਿੰਦਾ ਵੀ ਸਾਡੇ ਮਤਲਬ ਸਿੱਖ ਇਤਿਹਾਸ ਵਿੱਚ ਭੂਮੀਆਂ ਚੋਰ ਸੀ ਅਤੇ ਉਹ ਸਿੱਖ ਬਣ ਗਿਆ ਗੁਰੂ ਦਾ, ਮਤਲਬ ਇਸ ਤਰ੍ਹਾਂ ਹੀ ਮਤਲਬ ਹੋਰ ਬਥੇਰੇ ਡਕੈਤ ਸਨ ਜਿਹੜੇ ਜਦੋਂ ਸਿੱਖ ਬਣੇ ਤਾਂ ਉਹਨਾਂ ਨੇ ਵੱਡੇ ਵੱਡੇ ਕਾਰਨਾਮੇ ਕਰਤੇ, ਮਤਲਬ ਬਿਧੀ ਚੰਦ ਹੋਣੀ ਜਿਹੜੇ ਨੇ ਉਹ ਵੀ ਤਾਂ ਉੱਥੋਂ ਨੈਗੇਟਿਵ ਸਾਈਡ ਤੋਂ ਆਏ ਹੋਏ ਸੀ, ਪਰ ਜਦੋਂ ਸਿੱਖ ਬਣ ਗਏ ਤਾਂ ਉਦੋਂ ਉਹਨਾਂ ਨੇ ਕੁਛ ਨਾ ਕੁਛ ਕਰਤਾ। ਬੀਬੀ ਜਗੀਰ ਕੌਰ ਨੇ ਜਿਹੜਾ ਜੈਸਚਰ ਕੀਤਾ ਦੈਟ ਇਜ਼ ਇੰਪੋਰਟੈਂਟ, ਮੈਂ ਸਿੱਖ ਦੇ ਤੌਰ 'ਤੇ ਮੈਂ ਬੀਬੀ ਜਗੀਰ ਕੌਰ ਨੂੰ ਨਹੀਂ ਜਾਣਦਾ, ਮੈਂ ਉਹਦੇ ਨਾਲ ਨਹੀਂ, ਉਹਦਾ ਕਦੇ ਮੇਰੀ ਉਹਨਾਂ ਗੱਲ ਵੀ ਨਹੀਂ ਹੋਈ, ਪਰ ਮੈਂ ਇਹ ਜ਼ਰੂਰ ਜਾਣਨਾ ਵੀ ਬੜੀ ਦੇਰ ਤੋਂ ਅਸੀਂ ਇਹ ਮਹਿਸੂਸ ਕਰ ਰਹੇ ਸੀ ਵੀ ਸ਼੍ਰੋਮਣੀ ਕਮੇਟੀ ਵਿੱਚ ਸਭ ਅੱਛਾ ਨਹੀਂ ਹੈ। ਜਦੋਂ ਸਭ ਅੱਛਾ ਨਹੀਂ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਮੈਂਬਰ ਜਿਹੜੇ ਨੇ ਉਹ ਸਟੈਂਡ ਕਿਉਂ ਨਹੀਂ ਲੈ ਰਹੇ, ਅਤੇ ਸਟੈਂਡ ਨਹੀਂ ਲੈ ਰਹੇ ਸੀ, ਉਹਦੇ ਹੁਣ ਕਾਰਨ ਕਈ ਨੇ। ਮੈਨੂੰ ਮੈਂ ਬਹੁਤ ਸਾਰੇ ਮੈਂਬਰਾਂ ਨੂੰ ਜਾਣਨਾ ਤਾਂ ਉਹ ਇਹੀ ਸਮਝਦੇ ਜੀ ਇੰਨਾ ਪੈਸਾ ਕੌਣ ਲਾਊਗਾ, ਬਾਦਲਾਂ ਕੋਲ ਪੈਸਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਦਲ ਇੱਕ ਪੈਸਾ ਨਹੀਂ ਲਾਉਂਦੇ ਐਸ ਸੀ ਬੀ ਸੀ ਦੇ, ਬਾਦਲ ਐਸ ਸੀ ਬੀ ਸੀ ਤੋਂ ਕਮਾਉਂਦੇ ਨੇ। ਹੁਣ ਤੁਸੀਂ ਦੇਖੋ ਕੀ ਕਮਾਉਂਦੇ ਨੇ ਜੀ। ਮੈਂ ਕਹਿੰਦਾ ਵੀ ਦੇਖੋ ਜਸਦਾਲ ਨੇ ਆਗਿਆ ਕਰਤੀ ਵੀ ਉਹ ਪੀ ਟੀ ਸੀ ਬੰਦ ਕਰੋ, ਉਹਦੇ ਥਾਂ 'ਤੇ ਸ਼੍ਰੋਮਣੀ ਕਮੇਟੀ ਦਾ ਚੈਨਲ ਚਲਾਓ।
ਹੁਣ ਪੀ ਟੀ ਸੀ ਨੂੰ ਬੰਦ ਕਰਾਉਣ ਪਿੱਛੇ ਜੋ ਹਾਲਤ ਹੋ ਗਈ ਆ ਉਹਨਾਂ ਦਾ ਮੈਨੇਜਰ ਜਿਹੜਾ ਉਹ ਕੇਸ ਵਿੱਚ ਅੰਦਰ ਹੋਇਆ ਸਾਰਾ ਕੁਝ ਹੁਣ ਉਹ ਮੈਂ ਨਾਂ ਜਾਣ ਕੇ ਨਹੀਂ ਲੈਂਦਾ ਮੈਂ ਇਹ ਸਮਝਦਾ ਇਹ ਹਾਂ ਕਿ ਉਹ ਉਹਨਾਂ 'ਤੇ ਇਹ ਹੈ ਵੀ ਇਕੱਲਾ ਪੀ ਟੀ ਸੀ ਚੈਨਲ ਹੀ ਬੰਦ ਹੋ ਜਾਣਾ ਉੱਦਣ ਹੀ ਜਿੱਦਣ ਇਹਨਾਂ ਦਾ ਬੰਦਾ ਹਾਰ ਗਿਆ ਅਤੇ ਜਗੀਰ ਕੌਰ ਜਿਵੇਂ ਉੱਚੀ ਆਵਾਜ਼ ਵਿੱਚ ਆ ਰਹੀ ਸੀ ਤਾਂ ਹੋ ਸਕਦਾ ਇਹਨਾਂ ਦੀ ਗੱਲ ਨਾ ਮੰਨਦੀ ਫੈਸਲਾ ਕਰਾ ਦਿੰਦੀ ਅਕਾਲ ਤਖ਼ਤ ਦਾ ਦਹਿਸ਼ਤਾਂ ਦਾ ਹੁਕਮ ਹੋਇਆ ਹੋਇਆ ਐਸੀ ਵੀ ਪ੍ਰਧਾਨ ਨਹੀਂ ਕਰਨਾ ਹੈ ਨਾ ਇਕੱਲਾ ਐਕਸ਼ਨ ਉੱਧਰੋਂ ਹੋਊਗਾ ਐਕਸ਼ਨ ਹੋ ਜਾਣਾ ਇਹ ਉਹ ਕੋਈ ਵੱਡੀ ਗੱਲ ਵੀ ਨਹੀਂ ਹੈ ਅਸੀਂ ਮਤਲਬ ਜਦੋਂ ਉਹ ਖੋਲ੍ਹਣਾ ਤਾਂ ਉਹ ਅਸੀਂ ਨੈੱਟ 'ਤੇ ਖੋਲ੍ਹਣਾ ਹੈ ਨਾ ਨੈੱਟ 'ਤੇ ਖੋਲ੍ਹਣਾ ਕੋਈ ਔਖਾ ਨਹੀਂ ਹੈ ਉਹ ਥੋੜ੍ਹਾ ਜਿਹਾ ਕੰਮ ਹੈ ਪਤਾ ਮਤਲਬ ਜਿਹੜਾ ਕੰਮ ਵੀ ਨਹੀਂ ਹੈ ਪਰ ਇਹਨਾਂ ਨੇ ਹੁਣ ਨਹੀਂ ਹੋਣ ਦਿੱਤਾ ਕਿਉਂਕਿ ਉਹਦੇ ਨਾਲ ਇਕੱਲਾ ਬਿਜ਼ਨਸ ਨਹੀਂ ਹੈ ਜਿਹੜਾ ਬਿਜ਼ਨਸਮੈਨ ਹੈ ਉਹਨੂੰ ਪਤਾ ਉਹ ਕਿ ਉਹਦੇ ਨਾਲ ਜਿਹੜੀ ਐਡਵਰਟੀਜ਼ਮੈਂਟ ਹੈ ਉਹ ਕੰਟਰੋਲ ਹੋ ਰਹੀ ਹੈ ਉਹਦੀ ਆਮਦਨ ਆਪਣੀ ਵਰਲਡ ਓਵਰ ਕੁਰਬਾਨੀ ਜਿਹੜੀ ਹੈ ਉਹ 'ਤੇ ਮੋਨੋਪੋਲਾਈਜੇਸ਼ਨ ਹੈ ਉਹਦੀ ਯਾਨੀ ਪੀ ਟੀ ਸੀ ਚੈਨਲ ਦੁਨੀਆ ਭਰ ਵਿੱਚ ਹਰ ਸਿੱਖ ਦੇ ਘਰ ਪਹੁੰਚਿਆ ਹੋਇਆ ਪਿੱਛੇ ਤਾਂ ਆਹ ਵੀ ਗੱਲ ਚੱਲੀ ਸੀ ਕਿ ਫਿਰ ਪੀ ਟੀ ਸੀ ਦੀ ਜਾਂ ਇੱਕ ਗਰੁੱਪ ਦੀ ਮੋਨੋਪੋਲੀ ਕਿਵੇਂ ਹੋ ਸਕਦੀ ਹੈ ਇਹ ਦੱਸਦੇ ਸੀ ਕਿ ਬੌਧਿਕ ਅਧਿਕਾਰ ਦੀ ਗੱਲ ਚੱਲਦੀ ਸੀ ਜਦੋਂ ਕਾਰਪੋਰੇਟ ਵਿੱਚ ਮੋਨੋਪੋਲੀ ਤਾਂ ਹੁੰਦੀ ਹੈ ਭਾਵੇਂ ਅਡਾਨੀ ਹੋਵੇ ਅਬਾਨੀ ਹੋਵੇ ਅਤੇ ਸੁਖਬੀਰ ਬਾਦਲ ਹੋਵੇ ਉਹ ਤਾਂ ਹੋਏਗੀ ਕਿਉਂਕਿ ਕਾਰਪੋਰੇਟ ਵਿੱਚ ਕੋਈ ਉਹ ਉਸ ਜਿਹੜੀ ਡੈਮੋਕ੍ਰੈਟਿਕ ਸਪਿਰਿਟ ਜਿਹੜੀ ਹੈ ਨਾ ਕਾਮਰੇਡਾਂ ਨੇ ਲਿਆਂਦੀ ਹੋਈ ਸੀ ਯੂਨੀਅਨਿਜ਼ਮ ਨਾਲ ਉਹ ਜਿਹੜੀ ਖਤਮ ਕੀਤੀ ਹੈ ਅਸੀਂ ਉਹ ਨਹੀਂ ਹੈ ਉਹਦੇ 'ਤੇ ਚੱਲਦਾ ਹੀ ਉਹ ਤਾਂ ਹੋਈ ਪੀ ਟੀ ਸੀ ਉਹਨਾਂ ਦੀ ਮਲਕੀਅਤ ਹੈ ਉਹਦੀ ਆਮਦਨ ਉਹ ਸਾਰੇ ਹੱਕ ਨੇ ਪਰ ਪੀ ਟੀ ਸੀ ਨੂੰ ਪੀ ਟੀ ਸੀ ਦੀ ਜਿਹੜੀ ਰੈਪੂਟੇਸ਼ਨ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੇ ਜਿਹੜਾ ਬਾਣੀ ਦਾ ਆਸਰਾ ਲਿਆ ਉਹਦੇ ਨਾਲ ਇੱਕ ਐਂਗਲ ਤੋਂ ਬਾਣੀ ਵੇਚੀ ਵੀ ਜਾ ਰਹੀ ਹੈ ਫਿਰ ਉਹ ਠੀਕ ਹੈ ਨਾ ਉਹਨਾਂ ਦੇ ਚੈਨਲ ਨੂੰ ਖਰੀਦਣ ਵਾਸਤੇ ਉਹਨਾਂ ਦੇ ਚੈਨਲ ਦਾ ਮਤਲਬ ਲੈਣ ਵਾਸਤੇ ਕਨੈਕਸ਼ਨ ਲੈਣ ਵਾਸਤੇ ਸਾਰਾ ਕੁਛ ਚੱਲਦਾ ਹੀ ਹੈ ਨਾ ਹੁਣ ਮੈਂ ਇਹ ਕਹਿੰਦਾ ਵੀ ਇਹੋ ਜਿਹੀਆਂ ਗੱਲਾਂ ਇਹ ਇੱਕ ਮਿਸਾਲ ਹੈ ਹੋਰ ਮਸਾਲਾ ਇੰਨੀਆਂ ਨੇ ਕਿਤਾਬਾਂ ਆ ਗਈਆਂ ਨੇ ਜਿਹਦੇ ਵਿੱਚ ਲਿਖਿਆ ਹੋਇਆ ਕਿ ਇਹ ਕੀ ਕਰਦੇ ਨੇ ਯਾਨੀ ਆ ਰਿਹਾ ਨਾ ਸਾਹਮਣੇ ਵੀ ਕਿੰਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਬਾਦਲ ਸਾਹਿਬ ਉਹਨਾਂ ਨੇ ਆਪਣੇ ਬੰਦਿਆਂ ਨੂੰ ਦੇ ਰੱਖੀ ਆ ਉਹ ਹਟ ਜੂਗੀ ਜਿਵੇਂ ਆਹ ਭਗਵੰਤ ਮਾਨ ਨੇ ਕਰਤਾ ਆਣ ਕੇ ਵੀ ਜਿਹੜੀ ਪੰਚਾਇਤਾਂ ਦੇ ਜ਼ਮੀਨਾਂ 'ਤੇ ਕਬਜ਼ਾ ਸੀ ਉਹਨਾਂ ਛਡਾਤਾ ਐਸ ਸੀ ਪੀ ਸੀ ਦੇ ਵਿੱਚ ਛਡਾਉਣਾ ਕੋਈ ਔਖਾ ਨਹੀਂ ਹੈ ਇੱਕ ਆਰਡਰ ਨਾਲ ਛੁੱਟ ਜੂਗਾ ਹੁਣ ਜਿਹੜਾ ਛੁੱਟ ਚੁੱਕਾ ਤਾਂ ਉਹਨਾਂ ਦਾ ਸਾਰਾ ਕਾਡਰ ਜਿਹੜਾ ਥੱਲੇ ਜਿਹੜਾ ਸਪੋਰਟ ਬੇਸ ਹੈ ਉਹ ਹਿੱਲ ਜਾਂਦਾ ਹੈ ਇਸ ਕਰਕੇ ਉਹਨਾਂ ਦੀ ਚੀਕ ਨਿਕਲੀ ਪਈ ਆ ਵੀ ਐਸ ਸੀ ਪੀ ਸੀ ਇੱਥੋਂ ਨਿਕਲ ਨਾ ਜਾਵੇ ਉਸ ਚੀਕ ਵਿੱਚ ਸਾਰੇ ਜਿਹੜੇ ਲਮਕ ਰਹੇ ਨੇ ਉਹਦੇ ਨਾਲ ਮੈਂ ਇਹ ਤੁਹਾਨੂੰ ਕਹਿ ਰਿਹਾ ਔਰ ਤੁਹਾਡੇ ਆਡੀਅੰਸ ਦੱਸਣਾ ਚਾਹੁੰਦਾ ਤੁਹਾਡੇ ਲਿਸਨਰ ਨੂੰ ਵੀ ਇਹ ਉਹਨਾਂ ਦੇ ਹੱਥੋਂ ਨਿਕਲਣੀ ਨਿਕਲਣੀ ਆ ਇਹ ਜਗੀਰ ਕੌਰ ਦੇ ਰਾਹੀਂ ਨਿਕਲ ਗਈ ਤਾਂ ਸੌਖੀ ਹੋਊਗੀ ਉਸ ਤੋਂ ਬਾਅਦ ਨਿਕਲੀ ਤਾਂ ਹੋਰ ਔਖੀ ਹੋ ਜਾਵੇਗੀ ਉਹ ਕਿਵੇਂ ਉਹ ਇਸ ਤਰ੍ਹਾਂ ਵੀ ਅੱਗੇ ਇਲੈਕਸ਼ਨ ਆ ਰਹੀ ਆ ਇਲੈਕਸ਼ਨ ਦੇ ਵਿੱਚ ਸਾਰੀ ਦੁਨੀਆ ਜਿਹੜੀ ਦੇਖ ਰਹੀ ਆ ਹਾਲਾਂਕਿ ਉਹਨਾਂ ਨੂੰ ਇਹ ਆਸ ਹੈ ਕਿ ਹਰ ਵਾਰੀ ਜਿਹੜੇ ਬਾਦਲ ਸਾਹਿਬ ਦੇ ਖਿਲਾਫ ਨੇ ਉਹ ਇਕੱਠੇ ਨਹੀਂ ਹੁੰਦੇ ਅਤੇ ਬਾਦਲ ਸਾਹਿਬ ਜਿੱਤਦੇ ਰਹੇ ਨੇ ਬਾਦਲ ਸਾਹਿਬ ਨੂੰ ਮਤਲਬ ਜਿੱਤਣ ਦਾ ਜਿਹੜਾ ਮਾਮਲਾ ਨਾ ਉਹ ਐਤਕਾ ਡਾਊਟਫੁੱਲ ਇਸ ਕਰਕੇ ਹੋ ਗਿਆ ਕਿ ਆਮ ਸਿੱਖ ਦੇ ਮਨ ਵਿੱਚ ਬਾਦਲਾਂ ਦਾ ਉਹ ਸਤਿਕਾਰ ਅਤੇ ਭੈ ਨਹੀਂ ਰਿਹਾ ਉਹ ਟੁੱਟ ਗਿਆ ਹੁਣ ਜਿਹੜਾ ਟੁੱਟਿਆ ਹੋਇਆ ਭੈ ਆ ਉਹ ਦੂਜੇ ਨੇ ਕੈਸ਼ ਕਰ ਲੈਣਾ ਰਣਜੀਤ ਸਿੰਘ ਨੂੰ ਸੁਣਾਉਣਾ ਜਥੇਦਾਰ ਪੁਰਾਣੇ ਨੂੰ ਚਲੋ ਮੈਂ ਨਹੀਂ ਸਹਿਮਤ ਤੁਹਾਡੇ ਨਾਲ ਵੀ ਬਾਦਲ ਨੂੰ ਗਾਲਾਂ ਕੱਢ ਕੇ ਮਤਲਬ ਉਹ ਜਿੱਤੀ ਜਾ ਸਕਦੀ ਹੈ ਮੈਂ ਨਹੀਂ ਸਹਿਮਤ ਤੇਰੇ ਨਾਲ ਮੈਂ ਸਮਝਦਾ ਕਿ ਬਾਦਲ ਦਾ ਆਪਣਾ ਇੱਕ ਰੋਲ ਸੀ ਉਹ ਮੈਨੂੰ ਨਹੀਂ ਪਸੰਦ ਅਤੇ ਨਾ ਸਹੀ ਪਰ ਰੋਲ ਤਾਂ ਸੀ ਉਹ ਰੋਲ ਜਿਹੜਾ ਉਹਨੇ ਆਪਣੇ ਢੰਗ ਨਾਲ ਇੱਕ ਜਿਹੜੀ ਸੱਤਾ 'ਤੇ ਆਈ ਸੀ ਉਹ ਸੱਤਾ 'ਤੇ ਕਾਨੂੰਨੀ ਢੰਗ ਨਾਲ ਹਥਿਆਈ ਹੋਈ ਸੀ ਨਾ ਉਹਦੇ 'ਤੇ ਕਬਜ਼ਾ ਕਰਨ ਦਾ ਅੱਜ ਵੀ ਉਹਦਾ ਹਾਲ ਹੈ ਕਿ ਜਿਹੜੇ ਮੈਜੋਰਿਟੀ ਮੈਂਬਰ ਨੇ ਉਹਦੇ ਨਾਲ ਹੀ ਨੇ ਅਤੇ ਉਹ ਉਹਨਾਂ ਨੂੰ ਕੋਈ ਨਹੀਂ ਹਿਲਾ ਸਕਦਾ ਪਰ ਉਹਨਾਂ ਨੇ ਜਿਸ ਜਿਹੜਾ ਤਰੀਕਾ ਅਡਾਪਟ ਕਰ ਰਿਹਾ ਵੀ ਜਿਹੜਾ ਬੋਲੂਗਾ ਉਹ ਬਾਹਰ ਕੱਢ ਦਿੱਤਾ ਜਾਊਗਾ ਅਤੇ ਉਹ ਵੀ ਉਸ ਹਾਲਤ ਵਿੱਚ ਅਕਾਲੀ ਦਲ ਭੰਗ ਹੋਇਆ ਹੋਇਆ ਸਾਰਾ ਪਰ ਉਹ ਜਿਹੜੀ ਗੱਲ ਉਹਨਾਂ ਦੇ ਹੱਕ 'ਚ ਜਾ ਸਕਦੀ ਹੈ ਉਹ ਭੰਗ ਨਹੀਂ ਹੋਈ ਹੋਈ ਇਸ ਕਰਕੇ ਮੈਂ ਸਮਝਿਆ ਗਿਆ ਕਿ ਇਸ ਵੇਲੇ ਸੁਖਬੀਰ ਦਾ ਇਹ ਫੈਸਲਾ ਜਿਹੜਾ ਹੈ ਇਹ ਉਹਨੇ ਹੈਂਕੜ 'ਚ ਲਿਆ ਹੈ ਅਤੇ ਚਮਚਿਆਂ ਦੇ ਆਖੇ ਤੋਂ ਲਿਆ ਹੋਇਆ ਇਹਦਾ ਉਹਨੂੰ ਬਹੁਤ ਨੁਕਸਾਨ ਹੋਏਗਾ ਅਕਾਲੀ ਪ੍ਰਧਾਨ ਦੇ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਖੜਾ ਛੱਡੋ ਕੀ ਹੋਣਾ ਹੈ ਅਤੇ ਇਸ ਵੇਲੇ ਤਾਂ ਇਹ ਹੈ ਵੀ ਸੁਖਬੀਰ ਮੈਂ ਉਹ ਇੱਕ ਫਿਕਰਾ ਕਹਿੰਦਾ ਹੁਣ ਵੀ ਹਾਲਤ ਇਹ ਪਹੁੰਚ ਗਈ ਹੈ ਵੀ ਪਹਿਲਾਂ ਅਸੀਂ ਕਹਿੰਦੇ ਵੀ ਅਕਾਲੀ ਸਿਆਸਤ ਤੋਂ ਸੰਸਥਾਵਾਂ ਬਚਾਓ ਫਿਰ ਅਸੀਂ ਕਹੇ ਬਾਦਲਾਂ ਤੋਂ ਮਤਲਬ ਸ਼੍ਰੋਮਣੀ ਕਮੇਟੀ ਬਚਾਓ ਹੁਣ ਤਾਂ ਹਾਲਤ ਇਹ ਹੈ ਕਿ ਬਾਦਲਾਂ ਤੋਂ ਬਾਦਲ ਬਚਾਓ ਉਹਨਾਂ ਦਾ ਕਿਹੜਾ ਨੁਕਸਾਨ ਨਹੀਂ ਹੋ ਰਿਹਾ ਉਹਨਾਂ ਨੂੰ ਕੌਣ ਪੁੱਛਦਾ ਬਾਹਰ ਉਹ ਵੀ ਹੁਣ ਜੇ ਮਤਲਬ ਪੀ ਟੀ ਸੀ 'ਤੇ ਜਾ ਕੇ ਆਪਣੀਆਂ ਆਪਣੇ ਆਪੇ ਹੀ ਫੋਟੋ ਖਿਚਾ ਕੇ ਆਪੇ ਹੀ ਲਾਈ ਜਾਣ ਤਾਂ ਲਾਈ ਜਾਣ
ਬਾਕੀ ਮਤਲਬ ਜਿਹੜਾ ਲੋਕ ਰਹਿਣਾ ਉਹ ਤਾਂ ਕਦੇ ਨਹੀਂ ਜਾਂਦਾ ਉਹਨਾਂ ਕੋਲ, ਜਾ ਕੇ ਕਵੇ ਵੀ ਆਓ ਤੁਸੀਂ ਮਤਲਬ ਆਪਣੀ ਗੱਲ ਕਹੋ ਅਤੇ ਤੁਹਾਡੀ ਲੋਕਾਂ ਤੱਕ ਲੈ ਕੇ ਜਾਈਏ, ਨਹੀਂ ਜਾਂਦੇ। ਇਹਦਾ ਮਤਲਬ ਇਹ ਹੈ ਕਿ ਮੀਡੀਆ ਵਿੱਚ ਵੀ ਉਹਨਾਂ ਦੀ ਆਪਣੀ ਜਿਹੜੀ ਜਿਹੜੀ ਫੀਫਡਮ ਹੈ, ਜਿੱਥੇ ਉਹਨਾਂ ਦਾ ਕਬਜ਼ਾ ਹੈ, ਉਹ ਉਹਦੇ ਰਾਹੀਂ ਉਹ ਤੁਰ ਰਹੇ ਨੇ। ਪਰ ਇੱਕ ਗੱਲ ਤਾਂ ਮੰਨੀ ਜਾਂਦੀ ਹੈ ਕਿ ਸੋਰਸ ਕਾਫ਼ੀ ਨੇ ਸੁਖਬੀਰ ਸਿੰਘ ਬਾਦਲ ਕੋਲ, ਉਹਨਾਂ ਸਾਧਨਾਂ 'ਤੇ ਵੱਡੇ ਸਾਧਨਾਂ 'ਤੇ ਕੰਟਰੋਲ ਹੈ ਸੁਖਬੀਰ ਸਿੰਘ ਬਾਦਲ ਦਾ, ਇਸੇ ਕਰਕੇ ਸਟਰੋਂਗ ਨੇ, ਸਟਰੋਂਗਲੀ ਤਰੀਕੇ ਨਾਲ ਅੱਗੇ ਵੱਧ ਰਹੇ ਨੇ ਸੁਖਬੀਰ ਬਾਦਲ ਵੀ, ਜਿਹੜੀ ਦੂਜੇ ਐਂਟੀ ਧੜੇ ਹੈਗੇ ਨੇ ਬਾਦਲ ਦੇ ਉਹ ਨਹੀਂ ਡਿਫੀਟ ਕਰ ਪਾਉਣਗੇ। ਨਹੀਂ ਦੇਖੋ, ਅਸਲ 'ਚ ਇਹ ਆ ਵੀ ਸਿਆਸਤ ਵਿੱਚ ਪੈਸਾ ਤਾਂ ਬਹੁਤ ਮੈਟਰ ਕਰਦਾ, ਉਹ ਪੈਸਾ ਵਰਤ ਵੀ ਰਹੇ ਨੇ, ਪਰ ਸੁਖਬੀਰ ਉਸੇ ਪੈਸੇ ਦੇ ਹੁੰਦਿਆਂ ਸੁਣਦਿਆਂ ਬਾਦਲ ਦੇ ਜਿਉਂਦੇ ਜੀ ਕਿੱਥੋਂ ਕਿੱਥੇ ਪਹੁੰਚ ਗਿਆ ਤੇ ਤੁਹਾਡੇ ਸਾਹਮਣੇ ਆ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਇਹ ਗੱਲ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕੋਈ ਨਹੀਂ ਹੈਗਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਹੱਥ ਪਾਲੂਗਾ। ਨਹੀਂ ਜਦੋਂ ਇਹ ਕਹਿੰਦੇ ਸੀ ਨਾ, ਉਹ ਜ਼ਮਾਨਾ ਸੀਗਾ 17 ਤੋਂ ਪਹਿਲਾਂ ਦਾ। ਨਹੀਂ ਹੁਣ ਫਿਰ ਕਿਹਾ ਉਹਨਾਂ ਨੇ ਪਿੱਛੇ ਜੀ, ਦੇਖੋ ਇਹ ਤਾਂ ਜਦੋਂ ਐਨਾਲਿਸਿਸ ਕਰਦੇ, ਮੈਂ ਵੀ ਕਹਿੰਦਾ ਵੀ ਜੇ ਉਹਦੀ ਬਾਦਲ ਦੇ ਅਪੋਜੀਸ਼ਨ ਵਾਲੇ ਨਾ ਇਕੱਠੇ ਹੋਏ ਤੇ ਜਿਹੜਾ ਅਕਾਲੀ ਦਲ ਦਾ ਕਾਡਰ ਹੈ ਅਜੇ ਤਾਂ ਟੁੱਟਿਆ ਨਹੀਂ ਉਹਦੇ ਨਾਲੋਂ, ਅਤੇ ਮਤਲਬ ਇਹ ਤਾਂ ਸਿੱਖਾਂ ਦੀਆਂ ਵੋਟਾਂ ਨੇ, ਅਤੇ ਜੇ ਕਾਡਰ ਉਹਨਾਂ ਨਾਲ ਖੜ੍ਹਾ ਹੈ ਤਾਂ ਉਹ ਇਲੈਕਸ਼ਨ ਜਿੱਤ ਵੀ ਸਕਦੇ ਨੇ। ਜਿਹਦੇ ਚੱਲ ਕੋਈ ਗੱਲ ਨਹੀਂ, ਤੁਸੀਂ ਸਭ ਬੜਾ ਨੇੜੇ ਤੋਂ ਦੇਖਿਆ ਬਾਦਲ ਸਾਹਿਬ ਐਂਡ ਗੁਰਚਰਨ ਸਿੰਘ ਚੌੜਾ ਸਾਹਿਬ, ਜੇਕਰ ਸੁਖਬੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਆਹੀ ਫੈਸਲਾ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੈਣਾ ਹੁੰਦਾ ਤਾਂ ਉਹਨਾਂ ਦਾ ਫੈਸਲਾ ਅਲੱਗ ਹੁੰਦਾ ਸੁਖਬੀਰ ਸਿੰਘ ਬਾਦਲ ਤੋਂ? ਮੈਂ ਇਸ ਵੇਲੇ ਸਮਝਦਾ ਕਿ ਫੈਸਲਾ ਸੁਖਬੀਰ ਸਿੰਘ ਬਾਦਲ ਦਾ ਨਹੀਂ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਦਾ ਹੀ ਫੈਸਲਾ ਹੈ। ਅੱਛਾ, ਕਿਉਂਕਿ ਉਹ ਆਪਣੇ ਪਿਓ ਨੂੰ ਪੁੱਛੇ ਬਿਨਾਂ ਤੁਰਦਾ ਨਹੀਂ, ਪਿਓ ਦੀ ਮੰਨੇ ਨਾ ਮੰਨੇ। ਮੈਂ ਨਹੀਂ ਮੰਨਦਾ ਕਿ ਕੋਈ ਵੀ ਜੱਟ ਜਿਹੜਾ ਹੈ ਉਹ ਆਪਣੇ ਪੁੱਤ ਤੋਂ ਨਹੀਂ ਡਰਦਾ, ਜਾਂ ਆਪਣੇ ਪੁੱਤ 'ਤੇ ਕਹਿੰਦਾ ਕਿਸੇ ਜੱਟ ਦਾ ਆਪਣੇ ਪੁੱਤ 'ਤੇ ਕੋਈ ਮਤਲਬ ਹੈ ਨਹੀਂ ਗਾ ਕਬਜ਼ਾ। ਪੁੱਤ ਜਿਹੜੇ ਨੇ ਉਹ ਪਿਓ ਦੇ ਖਿਲਾਫ਼, ਪਹਿਲੋਂ ਹਰ ਜੱਟ ਦਾ ਪੁੱਤ ਪਹਿਲੋਂ ਪਿਓ ਦੇ ਖਿਲਾਫ਼ ਹੁੰਦਾ, ਉਹਦਾ ਕਾਰਨ ਕੋਈ ਹੋਵੇ, ਉਹਦੇ ਮਤਲਬ ਕਾਰਨ ਜਿਹੜੇ ਨੇ ਅਲੱਗ ਅਲੱਗ ਨੇ, ਉਹ ਤਾਂ ਸੋਸ਼ੋਲੋਜੀਕਲ ਕਾਰਨ ਅਲੱਗ ਹੋਣਗੇ, ਇਕਨੋਮਿਕਲ ਅਲੱਗ ਹੋਣਗੇ, ਜਨਰੇਸ਼ਨ ਗੈਪ ਵੀ ਹੁੰਦਾ। ਨਹੀਂ ਉਹ ਜਿਹੜਾ ਗੈਪ ਹੈ ਨਾ, ਉਹ ਤਾਂ ਬਾਣੀਆਂ ਦਾ ਵੀ ਉੱਥੇ ਨਹੀਂ ਹੈ, ਇਹ ਜੱਟ 'ਚ ਕਿਉਂ ਹੈ? ਮਤਲਬ ਜੱਟ ਦੀ ਜਿਹੜੀ ਨਾ ਜਿਹੜਾ ਜਦੋਂ ਪਿਓ ਜਿਹੜਾ ਨਾ ਉਹ ਵੀ ਉਸੇ ਦੋ ਕਿੱਲਿਆਂ ਦੇ ਸਿਰ 'ਤੇ ਮਾਲਕ ਬਣੇ ਖੜਾ ਨਾ, ਇਹ ਜਿਹੜੀ ਮਾਲਕੀ ਹੈ ਮਾਰਦੀ ਹੈ, ਚਲੋ ਉਹ ਇੱਕ ਉਹਦੇ ਨਾਲ ਇੱਕ ਕਰੈਕਟਰ ਬਣ ਗਿਆ ਸਾਰਾ। ਇਹ ਜਿਹੜੀਆਂ ਜੱਟ ਫੈਮਿਲੀਜ਼ ਨੇ ਉਹਦੇ ਵਿੱਚ ਸਭ ਅੱਛਾ ਨਹੀਂ ਹੈ। ਮੈਂ ਤਾਂ ਕਈ ਵਾਰ ਬਹੁਤ, ਚਲੋ ਉਹ ਤਾਂ ਇਹ ਅਲੱਗ ਬਾਤ ਹੈ, ਉਹਨੂੰ ਛੱਡੋ ਤੁਸੀਂ, ਅੱਜ ਅੱਜ ਕੱਲ੍ਹ ਆਪਣੇ ਕੋਲ ਹੈ ਵੀ ਜਗੀਰ ਕੌਰ ਨੂੰ ਕੱਢਣ ਨਾਲ ਇਹਨਾਂ ਨੂੰ ਨੁਕਸਾਨ ਹੋਏਗਾ, ਅਤੇ ਜਗੀਰ ਕੌਰ ਨੇ ਜਿਹੜਾ ਸਟੈਂਡ ਲਿਆ ਹੈ ਉਹ ਸਿੱਖਾਂ ਵਿੱਚ ਮਰੀ ਹੋਈ ਵੀ ਜਿਹੜੀ ਸੀ, ਜਿਹਨੂੰ ਕੋ ਬਹੁਤਾ ਪਰਵਾਹ ਨਹੀਂ ਸੀ ਕਰਦਾ, ਹੁਣ ਉਹ ਇੱਕ ਵਾਰ ਹੀਰੋ ਵਾਂਗੂ ਖੜ੍ਹੀ ਹੋ ਗਈ ਹੈ। ਸਿੱਖਾਂ ਵਿੱਚ ਇੱਜ਼ਤ ਨਾਲ ਖੜ੍ਹੇ ਹੋ ਜਾਣਾ, ਜਾਂ ਤੁਹਾਡੇ ਪਾਸਟ ਨੂੰ ਛੱਡ ਕੇ ਲੋਕ ਤੁਹਾਡੇ ਨਾਲ ਤੁਹਾਡੀ ਇੱਜ਼ਤ ਕਰਨ ਲੱਗ ਜਾਣਾ, ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ, ਅਤੇ ਉਹਨੇ ਇਹ ਪ੍ਰਾਪਤੀ ਕਰ ਲਈ ਹੋਈ ਹੈ। ਉਹ ਜਿੱਤੇ ਜਾਂ ਹਾਰੇ ਇਹਦੇ ਨਾਲ ਕੋਈ ਤਲਕ ਨਹੀਂ ਹੈ, ਕਿਉਂਕਿ ਕੱਲ੍ਹ ਹੀ ਤਾਂ ਮੇਰੇ ਨਾਲ ਚੈਨਲ 'ਤੇ ਬੈਠੇ ਹੋਏ ਲੋਕ ਕਹਿੰਦੇ ਸਨ ਵੀ ਉਹਨੇ ਬਾਦਲਾਂ ਦੀ, ਉਹਦੇ ਬਾਦਲ ਦਾ ਰਹਿਣਾ, ਬਾਦਲਾਂ ਦੀ ਕੈਂਡੀਡੇਟ ਬਣ ਜਾਊਗੀ, ਅਤੇ ਮੈਂ ਕਿਹਾ ਉਹ ਕੈਂਡੀਡੇਟ ਉੱਥੇ ਕਹਿ ਰਹੀ ਹੈ ਮੈਨੂੰ ਕੈਂਡੀਡੇਟ ਬਣਾ ਲਓ ਤੁਸੀਂ, ਉਹ ਬਣਾਉਂਦੇ ਨਹੀਂ। ਹੁਣ ਇਸ ਵੇਲੇ ਜਿਹੜਾ ਨਾ ਸਿਆਸਤ ਵਿੱਚ ਕੁਛ ਨਹੀਂ ਕਿਹਾ, ਕੀ ਹੋ ਜਾਵੇ, ਹੋ ਸਕਦਾ ਉਹਨੂੰ ਕੱਲ੍ਹ ਨੂੰ ਫਿਰ ਕੈਂਡੀਡੇਟ ਬਣਾ ਲੈਣ, ਅੱਗੇ ਜਗਮੀਤ ਬਲਾਲ ਨੇ ਲਿਖ ਕੇ ਦਿੱਤਾ ਜਾਣ ਵਾਲਾ, ਉਹਨੂੰ ਗੂੰਗਲੋਂ ਤਾਂ ਮਿੱਟੀ ਝਾੜੀ ਹੈ ਨਾ। ਪਰ ਇੱਕ ਗੱਲ ਤਾਂ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਕਟ ਦੇ ਵਿੱਚ ਬਾਵਜੂਦ ਹੋਣ ਦੇ ਬਾਵਜੂਦ ਫਿਰ ਵੀ ਮਤਲਬ ਐਡੀ ਇੱਕ ਵੱਡੀ ਸਮਰੱਥਾ ਰੱਖਦਾ ਕਿ ਆਪਣੇ ਸਭ ਤੋਂ ਕਰੀਬੀ ਬੰਦੇ 'ਤੇ ਕਾਰਵਾਈ ਕਰਦੇ, ਹਾਲਾਂਕਿ ਹੋਰ ਪਾਰਟੀਆਂ ਦੇ ਵਿੱਚ ਇੱਦਾਂ ਨਹੀਂ ਹੁੰਦਾ। ਇਹ ਬੇਟਾ ਇਹ ਲੱਗਾ, ਇਹ ਤਾਂ ਹੁਣ ਸਾਹਮਣੇ ਆ ਗਈ ਨਾ, ਸਭ ਤੋਂ ਵੱਡਾ ਨੁਕਸਾਨ ਜਿਹੜਾ ਬਾਦਲ ਪਰਿਵਾਰ ਨੂੰ ਹੋਣਾ ਹੈ ਕਿ ਬਾਦਲ ਪਰਿਵਾਰ ਇਨਡਾਇਰੈਕਟਲੀ ਰੂਲ ਕਰ ਰਿਹਾ ਸੀਗਾ ਉਹਦੇ ਸ਼੍ਰੋਮਣੀ ਕਮੇਟੀ 'ਤੇ, ਹੁਣ ਉਹ ਇਨਡਾਇਰੈਕਟਲੀ ਰੂਲ ਦੇ ਵਿੱਚ ਪੰਕਚਰ ਹੋ ਜਾਏਗਾ, ਉੱਥੇ ਬੰਦੇ ਬੈਠੇ ਰੌਲਾ ਪਾਉਣ ਵਾਲੇ, ਇੱਕ ਪੂਰਾ ਸੈਗਮੈਂਟ ਖੜ੍ਹਾ ਹੋ ਗਿਆ ਨਾ, ਜਦੋਂ ਰੌਲਾ ਪਾਉਣ ਵਾਲੇ ਜੇ ਮਤਲਬ ਪੰਜਾਹ ਜੇ ਮਨੋਰਿਟੀ ਜੀ ਹੋਣ, ਮਨੋਰਿਟੀ ਕਾਂਗਰਸ ਦੇ 18 ਮੈਂਬਰ ਨੇ, ਜਦੋਂ ਉਹ ਚਾਹੁੰਦੇ ਨੇ ਹਾਊਸ ਨਹੀਂ ਚੱਲਣ ਦਿੰਦੇ, ਇਸ ਕਰਕੇ ਇਹ ਬਾਦਲਾਂ ਦਾ ਨੁਕਸਾਨ ਹੋ ਗਿਆ, ਰੋਜ਼ ਪਤਾ ਲੱਗਦਾ ਵੀ ਆਹ ਗਲਤ ਹੋ ਗਿਆ, ਅਤੇ ਰੋਜ਼ ਇਹ ਗਲਤ ਕਰਦੇ ਨੇ ਉੱਥੇ, ਅਤੇ ਉਹ ਗਲਤ ਜਿਹੜਾ ਪੁਆਇੰਟ ਆਊਟ ਹੋ ਜੂਗਾ, ਪਹਿਲੇ ਦਿਨ ਹੀ ਇਸ ਗੱਲ 'ਤੇ ਧਰਨਾ ਲੱਗ ਜੂਗਾ ਵੀ ਮਤਲਬ ਜਿਹੜਾ ਪ੍ਰਧਾਨ ਹੈ, ਪਹਿਲੇ ਪ੍ਰਧਾਨ ਨੇ ਕਿਉਂ ਨਹੀਂ ਮੰਨਿਆ ਇਹ ਅਕਾਲ ਤਖਤ ਦਾ ਜਥੇਦਾਰ ਦਾ ਹੁਕਮ, ਅਕਾਲ ਤਖਤ ਦਾ ਜਥੇਦਾਰ ਵੀ ਮੁੱਕਰ ਵੀ ਜਾਵੇ, ਹੁਕਮ ਤਾਂ ਉਵੇਂ ਕਾਇਮ ਰਹਿੰਦਾ ਹੈ, ਉਹ ਪਹਿਲਾਂ ਨਾਲ ਇਨਵਾਈਟ ਕਰਦੇ ਤਾਂ ਵੀ ਉਹ ਰਹਿਣਾ ਹੈ, ਜਿਹੜੀਆਂ ਪੋਜੀਸ਼ਨ ਦਾ ਹੁਕਮ ਹੈ ਜਿਹੜਾ ਇਹ ਨਾ ਵੀ ਇੱਕ ਕੋਲ ਅਕਾਲ ਤਖਤ ਨੇ ਫੈਸਲਾ, ਅਕਾਲ ਤਖਤ ਦੋ ਤਿੰਨ ਫੈਸਲੇ ਇਹੋ ਜਿਹੇ ਲਏ ਹੋਏ ਨਾ, ਇੱਕ ਕੋਲ ਲਿਆ ਵੀ ਜਥੇਦਾਰਾਂ ਦੀ ਵਿਦਾਂਤੀ ਵੇਲੇ ਦੀ ਚਿੱਠੀ ਲਿਖੀ, ਇਹਨੇ ਰੀਟੇਟ ਕੀਤੀ ਵੀ ਇਹਨਾਂ ਦੀ ਸੇਵਾ ਸੱਤਾ ਬਣਾਓ, ਅਪੁਆਇੰਟਮੈਂਟ ਕਿਵੇਂ ਹੋਣੀ ਹੈ ਉਹ ਦੱਸੋ, ਵੀ ਇਹਨਾਂ ਦਾ ਕੋਈ ਅਸੂਲ ਬਣਾਓ, ਹੁਣ ਉਹ ਇੱਕ ਵੱਡਾ ਇਸ਼ੂ ਹੈ, ਉਹ ਅਕੈਡਮਿਕ ਇਸ਼ੂ ਹੈ, ਇਹ ਪੋਲੀਟੀਸ਼ੀਅਨ ਦੇ ਹੱਥ ਵਿੱਚ ਹੈ ਨਹੀਂ, ਇਹ ਉਹ ਤਾਂ ਜਦੋਂ ਹੋਏਗਾ ਹੋਏਗਾ,
पर ਉਹਦੇ ਨਾਲ ਇਹ ਹੈ ਵੀ ਇਹ ਲਗਾਤਾਰ ਡਿਫਾਈ ਕਰਦੇ ਆ ਰਹੇ ਨੇ ਅਕਾਲ ਤਖਤ ਨੂੰ, ਪਰ ਅਕਾਲ ਤਖਤ ਨੂੰ ਗੋਡੇ ਹੇਠ ਲੈ ਕੇ ਬੈਠੇ ਹੋਏ ਨੇ, ਉਹਨੂੰ ਮਤਲਬ ਹਿੱਲਣ ਵੀ ਨਹੀਂ ਦਿੰਦੇ, ਕਿਉਂਕਿ ਅਕਾਲ ਤਖਤ ਜ਼ਿਆਦਾ ਉਹਦੇ ਨੌਕਰੀ ਕਰ ਰਿਹਾ। ਜੇ ਉਹ ਅੱਜ ਉਹ ਥੋੜ੍ਹਾ ਜਿਹਾ ਵੀ ਉਹ ਬੁੜਕੂਗਾ ਤਾਂ ਉਹ ਅਗਲੇ ਦਿਨ ਨੂੰ ਕੱਢ ਦੇਣਗੇ, ਉਹਨੂੰ ਅੰਤਰੰਗ ਕਮੇਟੀ ਆਣ ਕੇ ਫੈਸਲਾ ਕਰੂਗੀ ਵੀ ਇਹਨੂੰ ਕੱਢ ਦਿੱਤਾ ਹਾਲਾਤਾ। ਫਿਰ ਉਹਦੇ ਨਾਲੇ ਕਾਰਜਕਾਰੀ ਇਹ ਕੱਢਣਾ ਕਿਉਂ ਹੈ, ਲਾਉਣਾ ਹੀ ਹੈ ਨਾ, ਕਾਰਜਕਾਰੀ ਤਾਂ ਭਾਈ ਹਟ ਜਾਣਾ ਇਹਦੇ ਕਰਕੇ। ਇਸ ਕਰਕੇ ਮੈਂ ਇਹ ਸਮਝਦਾ ਕਿ ਇਹਨਾਂ ਦੀ ਜਿਹੜੀ ਫੀਫਟਮ ਜਿਹਨੂੰ ਕਹਿੰਦੇ ਆ, ਜਗੀਰਦਾਰੀ ਜਿਹਨੂੰ ਕਹਿੰਦੇ ਆ, ਜਿਹਨੂੰ ਮਾਲਕੀ ਕਹਿੰਦੇ ਆ, ਜਿਹਨੂੰ ਰਿਆਸਤ ਕਹਿੰਦੇ ਆ ਸ਼੍ਰੋਮਣੀ ਪਾਰਟੀ ਨੂੰ, ਉਹ ਖਤਮ ਹੋ ਗਈ ਆ, ਉਹ ਨਹੀਂ ਰਹੀ ਹੁਣ। ਉਹ ਜਗੀਰ ਕੌਰ ਨੇ ਦੇ ਇੱਕ ਸਟੈਪ ਨੇ ਬਿਨਾਂ ਕੁਛ ਕੀਤਿਆਂ ਖਤਮ ਕਰ ਦਿੱਤੀ ਆ ਅਤੇ ਅੱਗੇ ਤੁਸੀਂ ਫਿਰ ਫਿਊਚਰ ਕੀ ਦੇਖਦੇ ਹੋ ਅਕਾਲੀ ਦਲ ਦਾ? ਦੇਖੋ ਅਕਾਲੀ ਦਲ ਦਾ ਫਿਊਚਰ ਜਿਹੜਾ ਹੈ, ਮੈਂ ਕਹਿ ਰਿਹਾ ਇਹ ਕਿ ਅਕਾਲੀ ਦਲ ਅਤੇ ਬਾਦਲ ਕਿਆ ਵਿੱਚੋਂ ਇੱਕ ਚੀਜ਼ ਇੱਕ ਧਿਰ ਬਚਾਈ ਜਾ ਸਕਦੀ ਹੈ, ਭਾਵੇਂ ਅਕਾਲੀ ਦਲ ਬਚਾ ਲਓ ਅਤੇ ਭਾਵੇਂ ਬਾਦਲ ਕਿਆ ਬਚਾ ਲਓ। ਪਾਰਟੀ ਨੇ ਫੈਸਲਾ ਕੀਤਾ ਬਾਦਲ ਕਿਆ ਜ਼ਰੂਰ ਬਚਾਉਣੇ ਨੇ, ਫਿਰ ਅਕਾਲੀ ਦਲ ਵਰ ਗਿਆ। ਹੁਣ ਅਕਾਲੀ ਦਲ ਪੰਜਾਬ ਦੀ ਪਾਰਟੀ ਆ, ਪੰਜਾਬ ਕੋਈ ਉਹਨਾਂ ਦੀ ਮਾਲਕੀ ਨਹੀਂ ਹੈ। ਕਈ ਦੇਖੋ ਪਿਛਲੇ ਵਾਰ ਵੀ ਬਗਾਵਤ ਹੋਈ ਸੀ, ਉਹ ਕਹਿੰਦੇ ਕਿ ਅਸੀਂ ਕਰੀਏ ਕੀ, ਦੇ ਵੱਡੇ ਲੀਡਰ ਨੇ ਕੌਣ ਕਹਿੰਦੇ ਨੇ, ਮਤਲਬ ਉਹਨਾਂ ਦੀ ਪਰਸੈਪਸ਼ਨ ਆਹੀ ਬਣੀ ਹੋਈ ਹੈ ਨਾ, ਡਰਦੇ ਵੀ ਨੇ। ਬੀਬੀ ਜਗੀਰ ਕੌਰ ਨੇ ਸਖਤੀ ਕੀਤੀ, ਅਗਲੇ ਨੇ ਕੱਢ ਕੇ ਬਾਹਰ ਮਾਰੀ, ਦੁੱਧ ਚੋਂ ਮੱਖੀ ਕੱਢੀ, ਠੀਕ ਹੈ। ਉਹ ਸਾਰੇ ਏਦਾਂ ਡਰਦੇ ਨੇ, ਉਹ ਕਹਿੰਦੇ ਨੇ ਜੇ ਅਸੀਂ ਬੋਲੇ ਅਗਲੇ ਨੇ ਬਾਹਰ ਕੱਢ ਮਾਰਨੇ ਨੇ। ਬਿਲਕੁਲ, ਉਹ ਇਹਨਾਂ ਨਾ ਉਹਨਾਂ ਨੇ ਦੁੱਧ 'ਚ ਮੱਖੀ ਜਿਹੜੀ ਕੱਢ ਕੇ ਮਾਰੀ, ਦੁੱਧ ਨਹੀਂ ਨਾ ਪੀਣ ਯੋਗ ਸਕ ਰਿਹਾ ਜੀ, ਜਬ ਤੇ ਪੈ ਗਿਆ ਮੱਖੀ ਵੱਢ ਕੇ ਕੱਢ ਕੇ ਬਾਹਰ ਮਾਰੀ। ਹੁਣ ਸਵਾਲ ਇਹ ਹੈ ਕਿ ਇੱਕ ਅਕਾਲੀ ਦਲ ਵਿੱਚ ਇੱਕ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਨੇ ਇਹਨਾਂ ਦੇ ਹੱਕ ਜਾ ਰਹੀਆਂ ਸੀ। ਅਕਾਲੀ ਦਲ ਦਾ ਕੋਈ ਵੀ ਬੰਦਾ ਜਿਹੜਾ ਹੈ ਉਹ ਕਿਸੇ ਪਾਰਟੀ 'ਚ ਨਹੀਂ ਜਾ ਸਕਦਾ, ਕਿਉਂਕਿ ਕੋਈ ਵੀ ਪਾਰਟੀ ਸਿੱਧੀ ਤੌਰ 'ਤੇ ਧਰਮ ਨਾਲ ਸੰਬੰਧਿਤ ਨਹੀਂ ਹੈ। ਅਕਾਲੀ ਵਰਕਰ ਜਿਹੜਾ ਬੇਸਿਕਲੀ ਰਿਲੀਜੀਅਸ ਹੈ, ਧਾਰਮਿਕ ਹੈ। ਪਰ ਇਹਦੇ 'ਚ ਐਂ ਵੀ ਹੁੰਦਾ ਨਾ ਡਾਕਟਰ ਸਾਹਿਬ, ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ, ਸ਼੍ਰੋਮਣੀ ਅਕਾਲੀ ਦੇ ਨਾਲ ਸੰਬੰਧਿਤ ਸੀ, ਲਗਾਤਾਰ ਆਪਣੀ ਉਹ ਹਲਕੇ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਸੀ, ਇਸ ਵਾਰ ਵੀ ਮੈਂਬਰ ਹੈਗੇ ਨੇ, ਉਹਨਾਂ ਨੇ ਜਾ ਕੇ ਬੀਜੇਪੀ ਜੁਆਇਨ ਕਰ ਲਈ? ਨਹੀਂ, ਜਿਨ੍ਹਾਂ ਨੇ ਬੀਜੇਪੀ ਜੁਆਇਨ ਕਰ ਲਈ, ਦੇਖੋ ਜਿਹੜੀ ਪੋਲੀਟਿਕਸ ਨਾਲ ਦੇਖੋ ਦੋ ਸਿਸਟਮ ਨੇ ਬੇਟਾ, ਇੱਕ ਹੈ ਧਰਮ ਦਾ, ਇੱਕ ਹੈ ਪੋਲੀਟਿਕਸ ਦਾ। ਇਹ ਬਾਦਲ ਕਿਆ ਨੇ ਉਹ ਇਕੱਠੇ ਕਰ ਲਏ, ਹਾਲਾਂਕਿ ਉਹ ਧਰਮ ਨੂੰ ਬਿਲਕੁਲ ਨਹੀਂ ਮੰਨਦੇ, ਨਾ ਪਿਓਰ ਧਾਰਮਿਕ ਹੈ ਨਾ ਮਤਲਬ ਸੁਖਬੀਰ ਆਪ ਧਾਰਮਿਕ ਹੈ, ਪਰ ਉਹਨਾਂ ਨੇ ਇਹ ਇਕੱਠੇ ਕਰ ਲਿਆ ਵੀ ਧਰਮ ਅਤੇ ਰਾਜਨੀਤੀ ਇਕੱਠੀ ਹੈ, ਉਹਨਾਂ ਨੂੰ ਪਤਾ ਹੀ ਨਹੀਂ। ਹੁਣ ਫਿਰ ਉਹਦੇ ਨਾਂ ਲੈ ਦੇਣਗੇ ਸਾਰੇ ਅਕਾਲੀ ਲੈਂਦੇ ਨੇ ਵੀ ਮੇਰੀ ਬਰੀ ਕਰਕੇ ਇਕੱਠੀ ਆ, ਮੇਰੀ ਬਰੀ ਕਰਕੇ ਕੀ ਜ਼ਰੂਰਤ ਹੈ, ਮੈਂ ਤਾਂ ਐਕਡਮੀਸ਼ੀਅਨ ਹਾਂ, ਮੇਰੀ ਬਰੀ ਸਿਧਾਂਤ ਹੈ, ਸਿਆਸਤ ਨਹੀਂ ਹੈ, ਸਿਧਾਂਤ ਹੈ, ਫਿਲੋਸਫੀ ਹੈ। ਹੁਣ ਦੇਖੋ ਜਿਹੜਾ ਸਿਧਾਂਤ ਹੈ ਉਹ ਕੰਟੀਨਿਊਟੀ 'ਚ ਹੁੰਦਾ ਹੈ। ਗੁਰੂ ਨਾਨਕ ਵੇਲੇ ਭਗਤੀ ਸ਼ਕਤੀ ਸੀ, ਭਗਤੀ ਅਤੇ ਸ਼ਕਤੀ ਸੀ, ਅਤੇ ਉਹ ਗੁਰੂ ਹਰਗੋਬਿੰਦ ਸਾਹਿਬ ਵਾਲੇ ਉਹ ਮੇਰੀ ਤਾਂ ਪੀਰੀ ਬਣ ਗਈ। ਇਹ ਜਿਹੜੀ ਗੁਰਮਤ ਹੈ ਉਹਦੇ 'ਚ ਇੱਕ ਮੈਥੋਡੋਲੋਜੀ ਇਹ ਹੈ ਕਿ ਸਟ੍ਰਾਈਕਿੰਗ ਬਿਟਵੀਨ ਦਾ ਟੂ ਐਕਸਟ੍ਰੀਮ, ਦੋ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਉਹਨਾਂ ਵਿੱਚ ਇੱਕ ਸੰਪਰਕ ਪੈਦਾ ਕਰਨਾ, ਉਹਨਾਂ 'ਚ ਸੰਤੁਲਨ ਸਥਾਪਿਤ ਕਰਨਾ, ਇਹ ਹੈ ਸਿੱਖੀ। ਇਹਨਾਂ ਸੰਤੁਲਨ ਸਥਾਪਿਤ ਕਰਨ ਦੀ ਸਾਡੇ ਪਤਾ ਕੀ ਕਰਦੇ ਨੇ, ਇਹ ਇੱਕ ਹੈਗਾ ਬੋਲਾ ਬਾਣੀ ਤਾਂ ਨਹੀਂ ਹੈ ਵੀ ਰਾਜ ਬਿਨਾਂ ਨੇ ਧਰਮ ਚਲੇ ਹੈ, ਧਰਮ ਬਿਨਾਂ ਸ਼ਬਦ ਲੈ ਮਿਲੇ ਹੈ, ਅਤੇ ਉਹ ਅਗਲੀ ਜਿਹੜੀ ਲਾਈਨ ਓਪਰੇਟਿਵ ਹੈ ਉਹ ਮੰਨਦੇ ਨਹੀਂ, ਕਿਉਂਕਿ ਜਦੋਂ ਕੋਈ ਸਟੇਟਮੈਂਟ ਹੁੰਦੀ ਹੈ ਨਾ ਸਿਧਾਂਤ ਵਿੱਚ, ਉਹ ਇੱਕ ਹੁੰਦੀ ਹੈ ਵੀ ਆਹ ਹਾਲਾਤ ਨੇ ਅਤੇ ਇਹਦੇ 'ਚ ਸੱਚ ਆ ਹੈ, ਆਪਣੇ ਮੁਤਾਬਕ ਵਿਆਖਿਆ ਕਰਦੇ ਨੇ, ਆਪਣੇ ਮੁਤਾਬਕ ਵਿਆਖਿਆ ਕਰਦੇ, ਦਲੇ ਮਲੇ ਵਾਲੇ ਪਾਸੇ ਜਾਂਦੇ ਹੀ ਨਹੀਂ ਹੈ। ਚਲੋ ਜੀ, ਦੇਖਣ ਵਾਲਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਹੋਊਗੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਲਈ। ਸ਼ੁਕਰੀਆ ਜੀ, ਸ਼ੁਕਰੀਆ। ਦੋਸਤੋ, ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਸੀ ਪ੍ਰੋਫੈਸਰ ਬਲਕਾਰ ਸਿੰਘ, ਪੰਜਾਬੀ ਵਰਲਡ ਸੈਂਟਰ ਦੀ ਯੂਨੀਵਰਸਿਟੀ ਦੇ ਡਾਇਰੈਕਟਰ ਨੇ, ਅਤੇ ਸਿੱਖ ਸਿਆਸਤ ਨੂੰ ਬੜੇ ਨੇੜੇ ਤੋਂ ਜਾਣਦੇ ਨੇ। ਸਭ ਕੁਛ ਉਹ ਜਿਹੜਾ ਸਮੇਂ ਦਾ ਦੌਰ ਹੈਗਾ, ਵੱਡੇ ਲੀਡਰਾਂ ਦੇ ਕਿਰਦਾਰ ਅਤੇ ਰਣਨੀਤੀ ਬੜੇ ਨੇੜੇ ਤੋਂ ਸਭ ਕੁਛ ਦੇਖਿਆ ਹੋਇਆ। ਅੱਜ ਬੀਬੀ ਜਗੀਰ ਕੌਰ ਦੇ ਮਸਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਸੀ। ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ, ਅਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਾਂ ਨਾਲ, ਪੰਜਾਬੀ ਨਾਲ। ਧੰਨਵਾਦ।